আলহামদুলিল্লাহ, আলহামদুলিল্লাহ রব্বিল আলামিন, ওয়াসসালাতু ওয়াসসালামু আলা রাসূলিল করিম সাদাকাল্লাহু মৌলানাল আজিম। মিলাদে মুস্তাফা সাল্লাল্লাহু আলাইহি ওয়াসাল্লাম দে সিলসিলা আন্দর বড়ি আকীদত ওর মোহাব্বত দে নাল সাথিয়া নে বেলিয়া নে হজরত কিবলা সদীকী সাহেব দে মুক্তদিয়া নে মহল্লে আলিয়া নে হজুর দি আমদ দি জশন দা ইহতমাম কীতা হে। তুসি হজরাত বড়ি আকীদত নাল জ়িকর পাক সুনন ওয়াস্তে আয়ে হো, তশরীফ লে আয়ে হো, হাজ়রি দা শরফ হাসিল কর রহে হো। আল্লাহ পাক সদকা নবী করিম সাল্লাল্লাহু আলাইহি ওয়াসাল্লাম দা মেজবানা দা এহতমাম কবুল ফরমায়ে আর সব দি হাজ়রি কবুল ফরমা কে জরিয়ায়ে নজাত বানায়ে। কুরআন পাক দি তিলাওয়াত, নাত শরীফ আর কিবলা ফারুকী সাহেব দা বয়ান মামি তুসামি শুনিয়া, মেরে মসলক দে উমরো ছোটে ইলমো বড়ে অমলো বড়ে উলমায়ে কিরাম তশরীফ ফরমান, বস ইনাদি খিতাবত কুছ গল্লাঁ তকরীর করকে বাদ কল্যাঁ বহ কে করাঙ্গা, হুন ইনি দুয়া দেওয়াঙ্গা কে ইয়া রব মেরে খতীব কি দুনিয়া জওয়ান রহে, মেনু মিল কে জানা তুসি। আল্লাহ পাক তমাম দে ঘর বার উমর রিজক নেকি অন্দর মজিদ বরকতাঁ আতা ফরমায়ে। বস দোক দে দিও দোক, এক তুসি লে লো, আ ফড়ো আদম ওই আদর, আমি কোই বৈঠা নি জানদা হোনা, এ বাবা থোড়ি সারা লব জানদা, এ ফড়ো
ਚਲੋ ਬਸੇਰੇ ਨੇ ਇਹ ਵੀ ਰੱਖ ਲੈ, ਅੱਲਾ ਤੁਹਾਨੂੰ ਸਿਹਤ ਦੇਵੇ ਜਦੋਂ ਬੁੱਢੇ ਹੋਵੋਗੇ ਤੁਹਾਨੂੰ ਪਤਾ ਲੱਗੇਗਾ ਕਿਉਂ ਰੱਖੀਦੇ ਨੇ, ਮੁੜ ਵਕਤ ਨਾਲ ਹੁੰਦਾ ਹੈ। ਅਲਾਮਾ ਮਤੀਉੱਲਾ ਸਾਹਿਬ ਅੱਲਾ ਉਹਨਾਂ ਦੀ ਉਮਰ ਅੰਦਰ, ਇਲਮ ਅੰਦਰ, ਸਿਹਤ ਅੰਦਰ ਵਕਤਾ ਤਾਂ ਫਰਮਾਏ, ਮੇਰੇ ਕੋਲ ਬਾਹਰ ਹੀ ਕਿਤੇ ਤਸ਼ਰੀਫ ਫਰਮਾ ਨੇ, ਉਹਨਾਂ ਨੇ ਹਬਸ 'ਚ ਨਹੀਂ ਬਹਿੰਦੇ, ਉਹ ਬੇਟਾ ਬੈਠਾ ਹੈ, ਇਹ ਵੀ ਆਲਮ ਦੀਨ ਬਣਦਾ ਪਿਆ, ਉਹਨਾਂ ਨੂੰ ਵੀ ਅੱਲਾ ਸਿਹਤ ਤਾਂ ਫਰਮਾਏ। ਤੋ ਮੈਂ ਕੁਛ ਬਿਆਨ ਕਰਨ ਵਾਸਤੇ ਕੁਰਾਨ ਕਰੀਮ 'ਚੋਂ ਚੰਦ ਅਲਫਾਜ਼ ਐਜ਼ ਏ ਮਜ਼ੂ ਬਿਆਨ ਕੀਤੇ ਨੇ ਬਿਲਾਸ਼ੀ ਵਾਸਤੇ। ਸਾਰੀ ਐਤ 'ਤੇ ਕੋਈ 12-13 ਮਜ਼ੂ ਨੇ, ਉਲਮਾ ਜਾਣਦੇ ਨੇ, ਇਹਨਾਂ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਇਲਮ ਹੋਣਾ। ਮੈਂ ਸਿਰਫ ਇੱਕ ਬਾਤ ਤੋਂ ਗੁਫ਼ਤਗੂ ਉਹ ਹੀ ਸਮਝਾਉਣਾ ਚਾਹੁੰਦਾ। ਇਹ ਤੁਹਾਨੂੰ ਪਤਾ ਮੈਂ ਬੜਾ ਛੋਟਾ ਜਿਹਾ ਬੰਦਾ ਵਾਂ, ਇਹਨਾਂ ਬੱਚਿਆਂ ਦੀ, ਅਜ਼ੀਜ਼ਾਂ ਦੀ, ਉਲਮਾ ਦੀ ਮਿਹਰਬਾਨੀ, ਮੇਰੀ ਇੱਜ਼ਤ ਕਰਦੇ ਨੇ, ਅੱਜ ਤਾਂ ਜੰਮੇ ਵੀ ਕਰਨ 'ਤੇ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਅਤੇ ਅੱਲਾ ਇਹਨਾਂ ਸਾਰਿਆਂ ਦੀ ਇੱਜ਼ਤਾਂ ਤਾਂ ਫਰਮਾਏ। ਅਤੇ ਫਾਰਗੁ ਤਹਿਸੀਲ ਵੀ ਮੈਂ ਕੋਈ ਨਹੀਂ, ਉਲਾਮਾ ਵੀ ਕੋਈ ਨਹੀਂ, ਬਸ ਕੋਸ਼ਿਸ਼ ਕਰਨਾ ਹੁੰਦਾ ਕੁਛ ਬਿਆਨ ਕਰਨ ਦੀ, ਹਜ਼ੂਰ ਦਾ ਕੰਮੀ ਬਣ ਕੇ, ਅਤੇ ਦਿਲ ਕਰਦਾ ਜਿਹੜੇ ਸਾਹਮਣੇ ਬਹਿਣ ਨਾ ਹਜ਼ੂਰ ਦੇ ਨੌਕਰ ਬਣ ਕੇ ਬਹਿਣ। ਅੱਜ ਵੀ ਕੋਸ਼ਿਸ਼ ਕਰਾਂਗਾ ਜਿੰਨੀ ਅੱਲਾ ਤੌਫੀਕ ਅਤਾ ਫਰਮਾਈ, ਉਹ ਇੱਕ ਦੋ ਮਸਲੇ ਕੋਈ ਮਿਲਾਸ਼ੀ ਤੁਹਾਨੂੰ ਸੁਣਾਵਾਂਗਾ ਮੈਂ, ਮਗਰ ਤੁਸੀਂ ਤਵੱਜੋ ਨਾਲ ਸਮਾਤ ਫਰਮਾਉਣਾ ਬਸ। ਇੰਨਾ ਮਾ ਤਕਰੀਰ ਸ਼ੁਰੂ ਹੋ ਗਈ ਅੱਜ ਰਾਤ, ਇੰਨਾ ਮਾ ਹਸਰੇ ਹਿਸਾਰ, ਇਹ ਉਲਮਾਏ ਕਰਾਮ ਤਾਂ ਸਮਝਦੇ ਨੇ, ਤੁਹਾਡੇ ਵਾਸਤੇ ਇੱਕ ਮਿਸਾਲ ਦੇ ਦਿੰਦਾ। ਅੱਲਾ ਦੇ ਵਲੀ ਔਲੀਆ ਅੱਲਾ, ਔਲੀਆ ਅੱਲਾ, ਬਸ ਇਹਨਾਂ ਲਫ਼ਜ਼ ਨਾਲ ਕਹਿ ਦੇਣਾ, ਇਹਦਾ ਮਨ ਗੈਰ ਅੱਲਾ ਹੈ ਹੀ ਨਹੀਂ, ਬਸ ਇੰਨੀ ਕਾਫ਼ੀ ਹੈ। ਔਲੀਆ ਅੱਲਾ ਦਾ ਮਨ ਗੈਰ ਅੱਲਾ ਹੈ ਹੀ ਨਹੀਂ, ਜਿਹਨੇ ਔਲੀਆ ਅੱਲਾ ਪੜ੍ਹ ਕੇ ਅਤੇ ਗੈਰ ਅੱਲਾ ਮਨ ਕਰਨਾ ਹੈ ਉਹ ਧੋਖਾ ਪਿਆ ਕਰਦਾ ਹੈ, ਉਹ ਮਨ ਗਲਤ ਪਿਆ ਕਰਦਾ ਹੈ। ਔਲੀਆ ਅੱਲਾ, ਅੱਲਾ ਦੇ ਵਲੀ, ਅੱਲਾ ਦੇ ਦੋਸਤ, ਅੱਲਾ ਦੇ ਪਿਆਰੇ, ਅੱਲਾ ਦੇ ਸੱਜਣ, ਅੱਲਾ ਦੇ ਕਰੀਬੀ, ਇਹ ਗੈਰ, ਇਹਦਾ ਗੈਰ ਅੱਲਾ ਤਰਜਮਾ ਨਹੀਂ। ਤੋਂ ਮੈਂ ਅਰਜ਼ ਕਰਨਾ ਪਿਆ ਔਲੀਆ ਅੱਲਾ ਕੁਛ ਐਸੇ ਅਮਲ ਵੀ ਕਰਦੇ ਨੇ ਫਰੈਜ਼ ਤੋਂ ਬਾਅਦ, ਤੁਸੀਂ ਗੱਲ ਤਵੱਜੋ ਕਰਨੀ, ਮੈਂ ਕੀ ਕੀ ਆਉਣਾ ਪਿਆ, ਹਰ ਚੀਜ਼ ਨੂੰ ਮੈਂ ਮਜ਼ਬੂਤ ਨਹੀਂ ਦੇ ਸਕਦਾ। ਫਰੈਜ਼ ਤੋਂ ਬਾਅਦ, ਪਹਿਲੇ ਫਰੈਜ਼ ਪੂਰੇ ਹਰ ਮੁਸਲਮਾਨ 'ਤੇ ਫਰਜ਼ ਨੇ, ਫਰੈਜ਼ ਤੋਂ ਬਾਅਦ ਕੁਛ ਅਮਲ ਐਸੇ ਵੀ ਕਰਦੇ ਨੇ, ਕੁਝ ਵਜ਼ੀਫੇ ਐਸੇ ਵੀ ਪੜ੍ਹਦੇ ਨੇ, ਮੈਂ ਨਹੀਂ ਕਦੀ ਪੜ੍ਹਿਆ ਕਿਉਂਕਿ ਮੈਂ ਔਲੀਆ ਅੱਲਾ ਨਹੀਂ। ਮੈਂ ਤਾਂ ਮਸਾਂ ਕੋਲੇ 5 ਪੂਰੀਆਂ ਕਰਦਾ, ਜੇ ਕਦੀ ਕਜ਼ਾ ਵੀ ਹੋ ਜਾਂਦੀ ਸਫ਼ਰ 'ਚ ਫਿਰ ਕਜ਼ਾ ਦੇਣਾ, ਅੱਲਾ ਮੇਰੀ ਸੁਸਤੀ ਦੂਰ ਫਰਮਾਏ, ਕਿਉਂਕਿ ਮੈਂ ਅੱਲਾ ਦਾ ਵਲੀ ਨਹੀਂ, ਮੈਂ ਔਲੀਆ ਅੱਲਾ ਦਾ ਗੁਲਾਮ। ਆਸਤਾਨਾ ਅਲੀਆ ਸ਼ਰਕਪੁਰ ਸ਼ਰੀਫ ਮੇਰੀ ਬੈਤ ਹੈ, ਅੱਲਾ ਦੇ ਵਲੀ ਸਾਰੇ ਹੀ ਮੇਰੇ ਪੀਰ ਨੇ, ਸਾਰਿਆਂ ਦਾ ਇਹਤਰਾਮ ਕਰਨਾ ਮੇਰਾ ਅਕੀਦਾ, ਮੁਰੀਦ ਹਾਂ, ਮੁਕੱਲਦ ਨਹੀਂ, ਮੁਕੱਲਦ ਮੈਂ ਸਿਰਫ ਇਮਾਮੇ ਆਜ਼ਮ ਦਾ ਵਾਂ ਰਜ਼ੀ ਅੱਲਾਹ ਤਾਲਾ ਨੂੰ, ਮੁਰੀਦ ਨਹੀਂ, ਮੁਕੱਲਦ ਨਹੀਂ ਕਿਸੇ ਦਾ। ਇਹ ਗੱਲ ਇੱਕ ਦੂਜੇ ਨੂੰ ਪੁੱਛਿਆ ਜੇ ਮੈਂ ਕੀ ਆਖ ਗਿਆ, ਮਜ਼ਬੂਤ ਨਹੀਂ ਮੈਂ ਦੇਣੇ, ਮੁਰੀਦ ਹਾਂ, ਮੁਕੱਲਦ ਨਹੀਂ ਕਿਸੇ ਦਾ ਵੀ, ਉਹ ਮੁਕੱਲਦ ਮੈਂ ਸਿਰਫ ਸੈਯਦਨਾ ਇਮਾਮੇ ਆਜ਼ਮ ਦਾ ਵਾਂ ਰਜ਼ੀ ਅੱਲਾਹ ਤਾਲਾ ਨੂੰ। ਅਕੀਦਾ ਮੇਰਾ ਉਹ ਹੋਵੇ ਜਿਹੜਾ ਕੁਰਾਨ 'ਚ ਵੀ ਮੌਜੂਦ ਹੈ, ਹਜ਼ੂਰ ਸੱਲਾ ਸਲਮ ਦੇ ਫਰਮਾਨ 'ਚ ਵੀ ਮੌਜੂਦ ਹੈ। ਮੈਂ ਅਹਿਲੇ ਸੁਨਤ ਅਨਫੀ ਹਾਂ, ਅਹਿਲੇ ਸੁਨਤ ਅਨਫੀ ਜਿਹੜਾ ਬਣ ਜੇ ਉਹ ਨਕਸ਼ਬੰਦੀ ਵੀ ਹੈ, ਚਿਸ਼ਤੀ ਵੀ ਹੈ, ਕਾਦਰੀ ਵੀ ਹੈ, ਸੂਰਵਦੀ ਵੀ ਹੈ, ਵੈਸੀ ਵੀ ਹੈ, ਨੁਸ਼ਾਈ ਵੀ ਹੈ, ਸਾਬਰੀ ਵੀ ਹੈ, ਜਿਹੜਾ ਅਹਿਲੇ ਸੁਨਤ ਨਹੀਂ ਉਹ ਕੁਝ ਵੀ ਨਹੀਂ। ਤੋ ਮੈਂ ਅਰਜ਼ ਕਰਨਾ ਪਿਆ ਅੱਲਾ ਦੇ ਵਲੀ ਔਲੀਆ ਅੱਲਾ, ਬੋਲੋ ਨੇ ਕਰੀ ਔਲੀਆ ਅੱਲਾ। ਇੱਥੇ ਇੱਕ ਅੱਧੀ ਮੇਰੀ ਆਦਤ ਨੇ ਵਿੱਚ ਵਿੱਚ ਗੱਲਾਂ ਕਰਨ ਦੀ,
ਮੌਜੂ ਦੇ ਵਿੱਚ ਵਿੱਚ ਮੈਂ ਗੱਲਾਂ ਕਰਦਾ ਰਹਿੰਦਾ ਛੋਟੀਆਂ ਛੋਟੀਆਂ, ਪਰ ਇੱਥੇ ਵੀ ਗੱਲ ਔਲੀ ਅੱਲਾਹ ਕੀ ਹੁੰਦਾ, ਕੁਲ ਇਨ ਕੁਨ ਤੁਮ ਤੁਹਿਬੂਨ ਅੱਲਾਹ ਫਤਬਿਊਨੀ ਯੁਹਿਬਕੁਮ ਅੱਲਾਹ। ਵਲਾਇਤ ਵਿਰਾਸਤ 'ਚ ਨਹੀਂ ਮਿਲਦੀ, ਵਲਾਇਤ ਵਿਰਾਸਤ ਨਹੀਂ ਹੈ, ਇਹ ਦੁਕਾਨਾਂ ਨਹੀਂ ਜਿਹੜਾ ਪਿਓ ਮਰਨ ਤੋਂ ਬਾਅਦ ਵੰਡ ਲੈਣੀਆਂ ਨੇ ਪੁੱਤਰਾਂ ਨੇ, ਇਹ ਪੈਲੀ ਨਹੀਂ, ਜ਼ਮੀਨ ਨਹੀਂ ਜਿਹੜੀ ਤਕਸੀਮ ਹੋ ਜਾਣੀ ਹੈ, ਪੈਸਾ ਧੇਲਾ ਨਹੀਂ, ਪਰ ਮੈਂ ਮਰਾਂ ਮੇਰਾ ਪੁੱਤਰ ਬਹਿ ਜਾਵੇ, ਉਹ ਮਰਾਂ ਮੇਰਾ ਪੋਤਰਾ ਬਹਿ ਜਾਵੇ, ਇਹ ਬਿਲਕੁਲ ਕੋਈ ਨਹੀਂ। ਵਲਾ ਹਾਂ ਕੋਈ ਅਹਿਲ ਹੈ ਤਾਂ ਬਹਿ ਕੇ ਖਿਦਮਤ ਕਰੇ, ਅਗਰ ਅਹਿਲ ਹੈ ਨਾ ਤਾਂ ਬਹਿ ਕੇ ਖਿਦਮਤ ਕਰੇ, ਜ਼ਰੂਰੀ ਨਹੀਂ ਉਹ ਬਹਿਣ ਵਾਲਾ ਖੁਦ ਵੀ ਕੁਤਬ ਹੀ ਹੋਵੇ, ਮੁਰੀਦਾਂ ਭਾਵੇਂ ਕੁਤਬ ਅਲ-ਕਿਤਾਬ ਲਿਖ ਛੱਡਿਆ ਹੋਵੇ, ਕਿਉਂਕਿ ਵਲਾਇਤ ਵਿਰਾਸਤ 'ਚ ਨਹੀਂ ਮਿਲਦੀ, ਵਲਾਇਤ ਵਿਰਾਸਤ 'ਚ ਨਹੀਂ ਮਿਲਦੀ, ਵਲਾਇਤ ਵਿਰਾਸਤ ਨਹੀਂ ਲੋਕੋ, ਵਲਾਇਤ ਮਦੀਨੇ ਵਾਲੇ ਦੀ ਗੁਲਾਮੀ 'ਚ ਮਿਲਦੀ। ਤੇ ਹਜ਼ੂਰ ਤੋਂ ਇਲਾਵਾ ਕਿਸੇ ਦੀ ਤਬਾਹ ਦਾ ਹੁਕਮ ਨਹੀਂ, ਲੋਕੀ ਹਜ਼ੂਰ ਦੀ ਤਬਾਹ ਨਹੀਂ ਕਰਦੇ ਤੇ ਪੀਰ ਦੀ ਕਰਦੇ ਨੇ, ਉਹਨਾਂ ਨੂੰ ਕੁਛ ਨਹੀਂ ਲੱਭਣਾ, ਜੇ ਕੁਝ ਲੱਭਣਾ ਹੀ ਤੇ ਮਦੀਨੇ ਵਾਲੇ ਦੀ ਤਬਾਹ। ਤੋ ਮੈਂ ਅਰਜ਼ ਕਰ ਰਿਹਾ ਸਾਂ ਔਲੀਆ ਅੱਲਾਹ ਕੁਛ ਅਮਲ ਐਸੇ ਵੀ ਕਰਦੇ ਨੇ, ਤੁਸੀਂ ਸੁਭਾਨ ਅੱਲਾਹ ਸਾਰੇ ਆਉਂਦੇ ਹੋ ਤਾਂ ਮੰਨਣਾ ਤੁਸੀਂ ਕੋਈ ਨਹੀਂ। ਇੱਕ ਬੰਦਾ ਮੈਨੂੰ ਆਉਂਦਾ ਸ਼ਾਹ ਜੀ ਤੇ ਮੰਨਦੇ ਨਹੀਂ ਤੁਸੀਂ, ਮੈਂ ਕਿਹਾ ਬੇਵਕੂਫਾ, ਮੈਂ ਤੇ ਹੋਕਾ ਲੈਣ ਦਾ ਅਜਰ ਲੈਣਾ, ਮੈਂ ਤੇ ਹੋਕਾ ਦੇਣ ਵਾਲਿਆਂ ਚੋਂ ਹਾਂ, ਮੱਕਾ ਸ਼ਰੀਫ ਮਦੀਨਾ ਸ਼ਰੀਫ ਇੰਜ ਰੋ ਰੋ ਕੇ ਅਰਜ਼ਾਂ ਕੀਤੀਆਂ ਨੇ, ਯਾ ਅੱਲਾ ਤਕਰੀਰ ਓਨਾ ਚਿਰ ਕਰਾਂ ਜਿੰਨਾ ਚਿਰ ਮੂੰਹੋਂ ਸੱਚੀ ਗੱਲ ਨਿਕਲਣੀ ਹੈ, ਮੇਰੇ ਅੱਲਾ ਜੇ ਮੈਂ ਗਲਤ ਤਕਰੀਰਾਂ ਕਰਨੀਆਂ ਤੇ ਮੈਨੂੰ ਤਕਰੀਰ ਕਰਨ ਦੀ ਤੋਫੀਕ ਨਾ ਨਹੀਂ, ਤੁਸੀਂ ਵੀ ਆਮ ਹੀ ਨਾ ਕੋਈ ਕਰੀ, ਤੇ ਲਾ ਇਲਮ ਵਿੱਚ ਮੇਰੇ ਅੱਲਾ ਮੈਂ ਕਹਿ ਦਿਆਂ ਤੇ ਮੈਨੂੰ ਮਾਫ਼ ਕਰ ਛੱਡੇ। ਮੈਂ ਉਹਨਾਂ ਤਕਰੀਰਾਂ ਤੋਂ ਰਿਹਾ, ਉਹਦੀ ਵਜ੍ਹਾ ਇੱਕ ਮਸਲਾ ਗਲਤ ਕਰਾਂ, ਇਹ ਤੁਹਾਡੇ ਜੋ ਇੱਕ ਬੰਦਾ ਮੰਨ ਲਵੇ ਅਮਲ ਉਹਨੇ ਕਰਨਾ, ਲਿੱਤਰ ਤੇ ਕਵਰ 'ਚ ਮੈਂ ਪੈਣੇ ਨੇ, ਉਹ ਤਾਂ ਮੈਨੂੰ ਪੈਣੇ ਨੇ ਨਾ, ਮੈਂ ਤਾਂ ਬਾਬਾ ਅੱਗੇ ਹੀ ਗੁਨਾਹਗਾਰ ਬੰਦਾ ਵਾਂ, ਮੈਂ ਇੰਝ ਨਹੀਂ ਕਰ ਸਕਦਾ। ਇਸੇ ਵਾਸਤੇ ਮੈਂ ਕਹਿੰਦਾ ਸੇਪੀ ਨਹੀਂ, ਮੈਂ ਕਹਿੰਦੇ ਠੇਕੇ 'ਤੇ ਨਹੀਂ ਚੜਿਆ, ਮੈਂ ਕੋਈ ਸਲਾਨਾ ਤਰੀਕਾ ਹੀ ਕੋਈ ਨਹੀਂ, ਇਹਦੇ ਤਬਲੀਗ ਬਾਤ ਕਰ ਰਿਹਾ, ਕੋਈ ਆਪਣੀ ਵਡਿਆਈ ਨਹੀਂ ਕਰ ਰਿਹਾ। ਔਲੀ ਅੱਲਾਹ ਕੁਛ ਐਸੇ ਅਮਲ ਵੀ ਕਰਦੇ ਨੇ, ਮੇਰੇ ਤੁਜੋ ਕਰੋ, ਉਹ ਜਿੱਥੇ ਬਹਿੰਦੇ ਨੇ ਨਾ ਗੋਲ ਜਾਂ ਦਾਇਰਾ ਵਾਲੇ, ਉਹਨੂੰ ਕਹਿੰਦੇ ਨੇ ਹਿਸਾਰ, ਉਹਦਾ ਮਫਹੂਮ ਤੇ ਖੁਲਾਸਾ ਇਹ ਜਿੰਨਾ ਚਿਰ ਬਹਿ ਕੇ ਪੜ੍ਹਦੇ ਰਹਿੰਦੇ ਨੇ ਨਾ, ਜਿਹਨੂੰ ਕਹਿੰਦੇ ਜਿੰਨ ਪਰੀ ਭੂਤ ਬਾਹਰਲੀ ਸ਼ੈ, ਉਹ ਹੱਦ ਕਰਾਸ ਨਹੀਂ ਕਰਦੇ, ਇੰਨਾ ਮਾ ਹਸਰ ਹੈ। ਹੁਣ ਤੁਸੀਂ ਨਾਜ਼ ਰੱਖੀਓ, ਅੱਲਾ ਪਾਕ ਨੇ ਆਪਣੇ ਮਹਬੂਬ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਹਜ਼ੂਰ ਦੇ ਘਰ ਵਾਲਿਆਂ ਨੂੰ ਇਹ ਸ਼ਾਨ ਅਤਾ ਫਰਮਾਈ। ਸ਼ਾਨਾਂ ਦਾ ਮਾਲਕ ਅੱਲਾ, ਸਾਰੀਆਂ ਸ਼ਾਨਾਂ ਦਾ ਮਾਲਕ, ਸਾਰੀਆਂ ਇਸ਼ਤਾਂ ਦਾ ਮਾਲਕ, ਅੱਲਾ ਨੂੰ ਸ਼ਾਨ ਦੇਣ ਵਾਲਾ ਕੋਈ ਨਹੀਂ, ਅੱਲਾ ਨੂੰ ਇੱਜ਼ਤ ਦੇਣ ਵਾਲਾ ਕੋਈ ਨਹੀਂ। ਜਿਹਨੂੰ ਵੀ ਕੋਈ ਇੱਜ਼ਤ ਤੇ ਸ਼ਾਨ ਮਿਲੀ ਏ ਅੱਲਾ ਪਾਕ ਨੇ ਅਤਾ ਫਰਮਾਈ ਏ, ਔਰ ਜਿਹਨੂੰ ਵੀ ਅਤਾ ਫਰਮਾਈ ਏ ਹਜ਼ੂਰ ਦਾ ਸਦਕਾ ਅਤਾ ਫਰਮਾਈ ਏ। ਬਲਕਿ ਇੱਕ ਜ਼ਰਰੇ ਤੋਂ ਲੈ ਕੇ ਅਰਸ਼ੇ ਆਜ਼ਮ ਤੱਕ, ਤੈਥੋਂ ਸਰਾਤ ਤੋਂ ਲੈ ਕੇ ਲਾਮਕਾਂ ਦੀਆਂ ਬਲੂੰਦੀਆਂ ਤੱਕ, ਕੁਤਬੇ ਜਨੂਬੀ ਤੋਂ ਲੈ ਕੇ ਕੁਤਬੇ ਸ਼ਮਾਲੀ ਤੱਕ, ਕਾਇਨਾਤ ਅੰਦਰ ਅਗਰ ਮਾਜ਼ੇ ਵਜੂਦ 'ਚ ਕੋਈ ਆਇਆ ਹੈ ਤੋ ਵੀ ਹਜ਼ੂਰ ਦਾ ਸਦਕਾ। ਅੱਲਾ ਨੇ ਇਹ ਸ਼ਾਨ ਦਿੱਤੀ ਹੈ ਹਜ਼ੂਰ ਦੇ ਘਰ ਵਾਲਿਆਂ ਨੂੰ, ਮੇਰੇ ਹੱਥੋਂ ਜੇ ਕਰੋ ਨਾ ਹਜ਼ੂਰ ਦੇ, ਇਹ ਬੱਚੇ ਨੂੰ ਅਗਰ ਬਹਿੰਦਾ ਬਹਿਣ ਦਿਓ, ਜਾਂਦਾ ਜਾਣ ਦਿਓ, ਤੁਸੀਂ ਮੇਰੇ ਹੱਥੋਂ ਜੇ ਕਰੋ, ਮੇਰੇ ਅਵਾਦਾਰ ਨਾ ਕਰਿਆ ਜੀ, ਹਜ਼ੂਰ ਦੇ ਮਿਹਰਬਾਨੀ ਕਰੋ, ਹਜ਼ੂਰ ਦੇ ਕੀ ਫਰਮਾਇਆ, ਸੁਣਿਆ ਏ ਹਰ ਪਲੀਤੀ ਤੋਂ ਪਾਕ ਨੇ, ਹਰ ਪਲੀਤੀ ਤੋਂ ਪਾਕ ਕਰ ਛੱਡੇ ਨੇ, ਹਰ ਪਲੀਤੀ ਤੋਂ ਪਾਕ, ਹਰ ਪਹਿਲੇ ਕਿਸੇ ਨੂੰ ਇਖਤਲਾਫ ਨਹੀਂ ਇਸ ਗੱਲ 'ਤੇ ਜੋ ਮੈਂ ਕਹਿ ਰਿਹਾ,
اہل سنت و جماعت تو علاوہ اس سامنے بو اہل سنت و جماعت تو علاوہ جننے بھی گروہ تے فرقے نے اس گل تے کسے نوں اختلاف نہیں کیونکہ نسکت ہی ہے اہل بیت رسول صلی اللہ علیہ وآلہ وسلم ہر پلیتی تو پاک نے ہر پلیتی تو مدد نہ بولو نا ہر پلیتی تو اچھا میرے کہنے نہ بولیا کرو من کے بولیا کرو نا تو کھجورا بھی کھا لیجیے نے سواب بھی نہیں لے رہا جی میرے آخر تو پھر شاید سواب جدو نیت نہ بولو گے اس واسطے میں عرض کیتا ہے ہر پلیتی تو ہر پلیتی کنوں کہندے نے تھوڑی وضاحت سن لو عملی فیلی قولی بدنی عملی فیلی قولی بدنی یہی ہے نا ہر پلیتی اے ہر پلیتی تو پاک ہر پلیتی تو یہ ہر مسلمان نو مننا پینا نا ہر پلیتی تو کون اہل بیت من کی ہے اہل کون ہے جی پتہ لگا حضور کوئی پلیتی حضور دا بوا بھی نہیں لگ سکتے کی آنا پیا کوئی پلیتی کوئی پلیت حضور دا دروازہ بھی کراس نہیں کر سکتا اے جڑے آ کے ویڑے چ بہ گئے نا ادھرے چ اے اوہی نے جڑے ہر پلیتی تو توجہ رکھے جی توجہ ہر پلیتی تو ایک گھر دی شان ہے اے عام گھر نہیں اے حضور دا گھر ہے اے عام لوگ نہیں اے حضور دے گھر چ رہن والے نے کوئی پلیت دروازہ نہیں کراس کر سکتا کوئی پلیت حضور دا دروازہ نہیں کرا سکتا حضور دے ویڑے چھترے سینچ نہیں آ سکتا جیڑا گھر چ ہے وہ ہر پلیتی تو اچھا پلیتی بوا نہیں لنگ سکتی اہل بیت دے نیڑے نہیں آ سکتی عقل کو کم لو جدے گھر دی یہ شان ہے جدے گھر والیاں دی یہ شان ہے او دا اپنا کی مقام ہے نہیں سمجھ آئی یہ حضور دے گھر نوں شان کیوں ملی بولو حضور دے گھر دی یہ شان کیوں ہے بولو ہاں آئی نکالے حضور دی تے اہل بیت دی شان کیوں ہے تے جی انہاں دے نیڑے پلیت نہیں آ سکدی تے حضور تے بدرجے اولا نے کرے کی سمجھ آئی لیا کوئی مفتی کنو پھڑ کے میرے سامنے تہن پتا میں کوئی فتح والی مشین کو نہیں نہ میں پنڈ میں لڑائیاں کرنا پھرنا ایسے تبلیغ واس کرنا ایز اے عبادت کرنا ایز اے تبلیغ کرنا یہ تسی من جو تا بھی تھوڑا بھلا ہوئے نہ منو تو میں ناراض نہیں تھوڑے تے یہ میرا تے رب دا معاملہ جیدہ اللہ دی توحید تے ایمان ہے جیدہ نبی کریم صلی اللہ علیہ وآلہ وسلم دی ختم نبوت تے ایمان ہے اہل سنت و جماعت تو علاوہ کوئی بھی گروہ تے فرقہ ہے لکھ کے دے نا مینو ماذ اللہ نقل کفر کفر نہ بادشاہ کہ اہل بیت دے نیڑے پلیت نہیں آ سکتی تے حضور دے نیڑے آ سکتی ہے لکھے بلا میں تے مطیع اللہ تے انہاں ساریاں پھڑ کے اوتے 95 سینے لوائی تے تاں آکھیا جی ایمان اودے چ رہنا کوئی نہیں ایمان اودے چ اہل بیت دے نیڑے تے پلیت نہیں آ سکتی حضور دے گھر تے کوئی پلیت نہیں آ سکدا تے حضور دے نیڑے آ سکدا سوچو اے ہنے فاروقی صاحب بیان کر رہے سن اے مکھی
ਇਹ ਗੰਦੀ ਮੱਖੀ, ਇਹ ਗੰਦ ਬਹਿਣ ਵਾਲੀ, ਇਹ ਨਬੀ ਪਾਕ ਸੱਲ੍ਹਾ ਜਿਸਮ 'ਤੇ ਬੈਠੀ ਹੈ। ਜਿਹੜਾ ਛੋਟੀ ਜਿਹੀ ਮੱਖੀ ਨਹੀਂ ਬਹਿਣ ਦਿੰਦਾ, ਅੱਲਾ ਦੀ ਗੈਰਤ ਗਵਾਰਾ ਨਹੀਂ ਕਰਦੀ ਹੈ, ਛੋਟੀ ਜਿਹੀ ਪਲੀਤ ਮੱਖੀ, ਛੋਟੀ ਜਿਹੀ, ਛੋਟੀ ਜਿਹੀ, ਇਹ ਮੇਰੇ ਮਹਿਬੂਬ ਦੇ ਜਿਸਮ 'ਤੇ ਬਵੇ। ਜਿਹੜਾ ਪੁਲੀਸ ਨੂੰ ਬੂਆ ਨਹੀਂ ਲੰਘਣ ਦਿੰਦਾ, ਜਿਹੜਾ ਨਿੱਕੀ ਜੀ ਮੱਖੀ ਨਹੀਂ ਬਹਿਣ ਦਿੰਦਾ, ਵੇਖੋ ਵੇਖੀ ਬੇੜਾ ਗਰਕ ਨਾ ਕਰੋ, ਕਬਰੇ ਪੈਣਾ ਉੱਤੇ ਕਿਸੇ ਨਾਲ ਨਹੀਂ ਹੋਣਾ। ਜਿਹੜਾ ਮੱਖੀ ਨਹੀਂ ਬਹਿਣ ਦਿੰਦਾ, ਜਿਹੜਾ ਪੁਲੀਸ ਨੂੰ ਬੂਆ ਨਹੀਂ ਲੰਘਣ ਦਿੰਦਾ, ਜਿਹਦੇ ਘਰ ਵਾਲਿਆਂ ਦੇ ਨੇੜੇ ਪੁਲੀਸ ਨਹੀਂ ਆ ਸਕਦੀ, ਉਹਦੇ ਨੇੜੇ ਕੋਈ ਮਰਦ ਪੁਲੀਸ ਜਾਂ ਔਰਤ ਪੁਲੀਸ ਨੇੜੇ ਆ ਸਕਦੀ ਹੈ? ਜਿਹੜਾ ਮੱਖੀ ਨਹੀਂ ਬਹਿਣ ਦਿੰਦਾ, ਉਹ ਕਿਸੇ ਪਲੀਤ ਮਰਦ ਨੂੰ ਹਜ਼ੂਰ ਦੇ ਨੇੜੇ ਆਉਣ ਦਿੰਦਾ? ਨਹੀਂ ਤਾਂ ਲਿਖ ਕੇ ਦੇ ਮਾਦਲਾ ਮਾਦਲਾ ਨਕਲੇ ਕੁਫਰ ਕੁਫਰ ਨਾ ਬਾਦਸ਼ਾਹ ਮੇਰੀ ਲਾਤ ਦਾਲ ਦੀ ਤੋਬਾ ਕਿ ਹਜ਼ੂਰ ਦੇ ਨੇੜੇ ਪਲੀਤੀ ਆ ਸਕਦੀ ਹੈ। ਲਿਖ ਇਹ 'ਚ ਮਨ ਜੋ ਫਿਦਾ ਹੁਸੈਨ ਆਉਂਦਾ ਰਿਹਾ। ਜੇ ਘਰ ਵਾਲੇ ਹਰ ਪਲੀਤੀ ਤੋਂ ਪਾਕ ਨੇ, ਹਜ਼ੂਰ ਬਦਰ ਜੇ ਊਲਾ, ਪਹਿਲਾਂ ਇਹ ਮਨ ਜਿੱਤੇ ਹਜ਼ੂਰ ਨੇ ਉੱਥੇ ਪਲੀਤੀ ਨਹੀਂ, ਜਿੱਥੇ ਪਲੀਤੀ ਉੱਥੇ ਹਜ਼ੂਰ ਨਹੀਂ। ਉਹ ਜਿਹੜਾ ਮੱਖੀ ਨਹੀਂ ਬਹਿਣ ਦਿੰਦਾ, ਉਹ ਕਿਸੇ ਪਲੀਤ ਮਰਦ ਤੇ ਔਰਤ ਨੂੰ ਹਜ਼ੂਰ ਦੇ ਨੇੜੇ ਆਉਣ ਦਿੰਦਾ ਹੈ? ਫਿਰ ਮਨ ਜਿਹਦੇ ਵਤਨ 'ਚ ਰਸੂਲ ਏ ਉਹ ਵੀ ਪਾ ਕੇ, ਜਿਹਦੀ ਗੋਦ 'ਚ ਰਸੂਲ ਏ ਉਹ ਵੀ ਪਾ ਕੇ, ਜਿਹਨੇ ਚੰਦ ਦਿਨ ਦਾ ਚੁੱਕਿਆ ਏ ਉਹ ਵੀ ਪਾ ਕੇ, ਜਿਹਨੇ ਚੰਦ ਹਫ਼ਤੇ ਰਸੂਲ ਚੁੱਕਿਆ ਏ ਉਹ ਵੀ ਪਾ ਕੇ, ਜਿਹਨੇ ਦੋ ਢਾਈ ਮਹੀਨੇ ਚੁੱਕਿਆ ਏ ਉਹ ਵੀ ਪਾ ਕੇ, ਜਿਹਨੇ ਦੋ ਸਾਲ ਚੁੱਕਿਆ ਏ ਉਹ ਵੀ ਪਾ ਕੇ, ਜਿਹਨੇ 6 ਸਾਲ ਦਾ ਚੁੱਕਿਆ ਏ ਉਹ ਵੀ ਪਾ ਕੇ, ਜਿਹਨੇ 40 ਸਾਲ ਦਾ ਚੁੱਕਿਆ ਏ ਬੇਲੀਆ, ਦੋਵਾਂ ਕੰਮਾਂ ਚੋਂ ਇੱਕ ਕੰਮ ਕਰ ਲੈ, ਜਾਂ ਮੇਰੀ ਗੱਲ ਮੰਨ ਲੈ ਜਾਂ ਲਿਖ ਕੇ ਦੇ ਮਾਜ਼ੱਲਾ ਕੇ ਹਜ਼ੂਰ ਦੇ ਨੇੜੇ ਪਲੀਤੀ ਆ ਸਕਦੀ ਹੈ। ਦੂਆਂ 'ਚ ਇੱਕ ਗੱਲ ਮੰਨ ਲੈ, ਮਰਨਾ ਕਬਰੇ ਪੈਣਾ, ਐਜ ਏ ਤਬਲੀਗ ਬਾਤ ਕਰਨਾ ਪਿਆ, ਉੱਥੇ ਪੁੱਛਿਆ ਜਾਣਾ ਹੀ ਕੀ ਆਉਂਦਾ ਰਿਹਾ ਜੀ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਸਮ ਦਾ ਸਾਇਆ ਨਹੀਂ ਸੀ, ਉਹਦੀ ਇੱਕ ਵਜ੍ਹਾ ਇਹ ਵੀ ਹੈ, ਇੱਕ ਵਜ੍ਹਾ ਤੇ ਬੰਦਾ ਲੰਘਦਾ ਹੋਵੇ, ਮੈਂ ਇੱਥੋਂ ਲੰਘਦਾ ਹੋਵਾਂ, ਫਰੂਕੀ ਸਾਹਿਬ, ਕਾਜੀ ਸਦੀਕੀ ਸਾਹਿਬ, ਸ਼ਾਹ ਸਾਹਿਬ, ਕੋਈ ਲੰਘਦਾ ਹੋਵੇ, ਉੱਥੇ ਗੰਦ ਪਿਆ, ਗੰਦੀ ਜਗ੍ਹਾ ਪਈ ਹੈ, ਬਹਿਣੀ ਸਾਫ਼ ਕਰਕੇ ਕੂੜਾ ਪਿਆ, ਉੱਥੇ ਸਾਇਆ ਪੈ ਸਕਦਾ ਨਾ? ਅੱਲਾਹ ਨੂੰ ਨਹੀਂ ਵਾਰਾ ਖਾਂਦਾ, ਮੇਰੇ ਮਹਿਬੂਬ ਦਾ ਸਾਇਆ ਵੀ ਕਿਸੇ ਗੰਦੀ ਜਗ੍ਹਾ 'ਤੇ ਪੈ ਜਾਏ। ਤਵੱਜੋ ਹੈ ਕਿ ਕੋਈ ਨਾ? ਜਿਹੜਾ ਮੱਖੀ ਨਹੀਂ ਬਹਿਣ ਦਿੰਦਾ, ਜਿਹੜਾ ਸਾਇਆ ਨਹੀਂ ਗੰਦੀ ਜਗ੍ਹਾ ਪੈਣ ਦਿੰਦਾ, ਜਿਹੜਾ ਕਿਸੇ ਪਲੀਤ ਨੂੰ ਬੂਆ ਨਹੀਂ ਲੰਘਣ ਦਿੰਦਾ, ਉਹ ਕੋਈ ਮਰਦ ਪਲੀਤ ਹੋਵੇ ਜਾਂ ਔਰਤ ਪਲੀਤ ਹੋਵੇ ਤੇ ਆਏ ਹਜ਼ੂਰ ਦੇ ਨੇੜੇ। ਵਾਯੂ ਜ਼ੱਕੀ ਹਿਮ, ਵਾਯੂ ਜ਼ੱਕੀ ਹਿਮ, ਵਾਯੂ ਜ਼ੱਕੀ ਹਿਮ, ਮੇਰਾ ਤਾਂ ਮਹਿਬੂਬ ਹੋਵੇ ਜਿਹੜਾ ਪਾਕ ਕਰ ਛੱਡਦਾ ਹੈ, ਏਡਾ ਪਾ ਕੇ, ਏਡਾ ਪਾ ਕੇ ਜਿਹੜਾ ਨੇੜੇ ਆਏ ਉਹਨੂੰ ਪਾ। ਅੱਛਾ ਇੰਜ ਕਰ ਲਓ, ਚਲੋ ਇਹ ਪਹਿਲੇ ਕਰ ਲੈਂਦਾ ਮੈਂ, ਤੋ ਜੋ ਹੈ ਜੇ ਮੇਰੇ ਵਾਲੇ ਇਨਮਾ। ਇੱਕ ਮੈਂ ਮਸਲਾ ਮੁਕੰਮਲ ਕਰ ਲਿਆ ਜੋ ਮੈਂ ਸਮਝਾਉਣਾ ਚਾਹੁੰਦਾ ਸਰ, ਹੁਣ ਮੈਂ ਦੂਸਰੀ ਗੱਲ ਸ਼ੁਰੂ ਕਰਾਂ। ਜਦੋਂ ਗੱਲ ਦੀ ਸਮਝ ਆ ਗਈ ਹੈ ਤੇ ਫਿਰ ਟਾਈਮ ਥੋੜ੍ਹਾ ਲਾਈਏ ਨਾ, ਚੌਖੀਆਂ ਕਰ ਲਾਂਗੇ। ਇਨਮਾ
تَطْهِيرًا حضرت میرے ویکھو ایک پاسے جاؤ گے وہ کہندا اے اہل بیت نے دوجے نوں پوچھو آندا اے اہل بیت نے تیسرے نوں پوچھو آندا اے اہل بیت نے جہدے کول جاؤ گے مسئلہ وکھرا ٹھیک ہے نا میں تانوں جیویں پنجابی چاہندے ہو سوت رستہ تے سرے تے گنڈ اے گل یاد رکھیا جے یاد رہی نا جی شک ہوئے تو کسی اور ملک پوچھ لیا جائے میرے تو بعد تو مطمئن کر سکے تو وہ من لیا جائے ایک گل ذہن چ بہن لو میں اکثر لوگوں کہنا جنوں تو اپنے گھروں نہیں نہ کٹ سکتا انہوں حضور دے گھروں نہ کٹ نہیں سمجھ آئی اگر میں پھر میں رپیٹ کر لگا جنوں تو اپنے گھروں نہیں نہ کٹ سکتا انہوں حضور دے گھروں نہ کٹی کیونکہ جے تینوں آکھیے تیری بیوی گھر والی نہیں تینوں غصہ لگے گا تے جے حضور دی بیوی نوں کہیں گا تے میں لمبی گل نہیں کرتا کیونکہ میں اے تے لمبی بحث نہیں کرنا چاہتا میں صرف دو گلاں کرنی ہیں چلو انج کہہ دینا ہو سک اے میرے بزرگاں جیسے بچیاں جیسے بھائیاں جیسے عزیز بیٹھے ہو بہلی ہو ایک بندہ میں اٹھ کے کھلو کے کہہ دے کہ میرے ابے دا میرے گھر نال کوئی تعلق نہیں کہے گا اچھی بولو اچھا اگر اے نہیں کہہ سکتے ماں دی بڑی شان سن دے ہو ایک بندہ اٹھ کے کھلو کے کہہ دیو کہ میری اماں دا میرے گھر نال کوئی تعلق نہیں کو کہہ سکتا ہے اگے ہوں دوجا پہلو یہ دا اگر میں یا کوئی بندہ تانو آکھے تیری ماں دا تیرے گھر نال کوئی تعلق نہیں تو راضی ہوئے گا کہ ناراض ہوئے گا اچھا چلو ماں دی شان ابے دی گل کر دینے کوئی تواڈے والد صاحب نو ابا جی نو کہے چلو تیرا اس گھر نال کوئی تعلق نہیں تے پتر دی ایک کنی گل پی جائے وہ راضی ہوئے گا کہ ناراض ہوئے گا تے جے حضور دے والدین نو کڈے دے انج نہیں بولی دا انج نہیں بولی دا بیٹا پنجابی چ سیاں نے نا کوئی بندہ کہ چل یار چھڈ کوئی گل نہیں ہو گئی گل آندے نا صلح کراندے تے وہ بندہ آندا یار تو مینوں کڑی مڑی آنا جے تینوں انج آکھے تے جے تیری ماں نو میں گھروں کڈاں آکھے تیرا اے دے گھر نال کوئی تعلق نہیں جی تیرے میں باپ نو کہواں کہ تیرا گھر نال کوئی تعلق نہیں تینوں غصہ لگنا کہ نہیں حضور نو حضور دے والدین نو کڈ کے گھروں تے آکھے حضور میری شفاعت فرماؤن گے پہلا وہ سوچ لے کہ حضور دی امت وی اٹھنی کہ نہیں تینوں اپنی ماں نال چوکا پیار ہے تینوں اپنے باپ نال چوکا پیار ہے اس تھان تے آپ کھلو نا یا تے کوئی لکھ کے دےوے کہ میری ماں تے میرے پیو دا میرے گھر نال کوئی تعلق نہیں یا تے اے کہو ابا اماں تیرا کی تعلق ہے میرے گھر نال جے کوئی کہے تو آکھے ٹھیک ہے نے میری ماں دا میرے گھر نال میرے ابے دا کوئی تعلق نہیں یہ تو راضی ہونا ہے تے جے نہیں سوچ تے صحیح کہ تیرے ماں باپ دی کوئی گل کرے تو ناراض ہوے گا جے کو حضور دے والدین دی گل کرے تے سوچتے صحیح یہ ہم والدین تے نہیں حضور دے والدین نے امام الانبیاء دے والدین نے سوچیا کرو اتنے غور کرو نہیں سارے مولوی قرآن ہی پڑھتے سمجھ نہیں آتی کوئی سمجھے تو تینوں سمجھ آئے نا اپنے ماں باپ نو کرو کڈ ہوئے آخر میرے گھر نہ کوئی تعلق نہیں
ਜੇ ਤੇਰੇ ਮਾਂ ਬਾਪ ਦਾ ਘਰ ਨਾਲ ਤਲਕ ਹੈ ਤੇ ਹਜ਼ੂਰ ਦੇ ਵਾਲਦਿਆਂ ਦਾ ਵੀ ਘਰ ਨਾਲ ਤਲਕ ਹੈ ਤੇ ਅੱਲਾ ਫਰਮਾਉਂਦਾ ਇਨਮਾ ਯੁਰੀਦੁਲਲਾਹੁ ਲਿਯੁਜ਼ਹਿਬਾ ਅਨਕੁਮੁ ਰਿਜ਼ਾ ਅਹਲਲ ਬੈਤਿ ਵਯੁਤਾਹਿਰਕੁਮ ਤਤਹੀਰਾ। ਇਹ ਮੈਨੂੰ ਵੀ ਪਤਾ ਕਿ ਬਦਰ ਜੇ ਉਦਾਦ ਵਾਦੇ ਰਸੂਲ ਵਾਲੇ ਬੈਤ ਨੇ, ਇਹ ਮੈਨੂੰ ਵੀ ਪਤਾ ਹੈ। ਸਿਆਹ ਕੋ ਸਬਾਕ ਪੜ੍ਹੀਏ ਤੇ ਇਹੀ ਮਸਲਾ ਹੈ। ਬਦਰ ਜੇ ਉਲਾ ਅਹਲੇ ਬੈਤ ਦਵਾਦੇ ਰਸੂਲ ਨੇ, ਬਦਰ ਜੇ ਉਲਾ। ਮੈਂ ਤਾਂ ਇਨਕਾਰ ਨਹੀਂ ਕਰਦਾ ਪਿਆ ਕਿ ਇਹੀ ਅਹਲੇ ਬੈਤ ਨੇ। ਅਹਲੇ ਬੈਤ ਕੌਣ ਕੌਣ ਨੇ ਲੰਬਾ ਮਜ਼ੂਏ ਮੈਂ ਛੇੜਨਾ ਨਹੀਂ ਚਾਹੁੰਦਾ। ਇਸ਼ਾਰਾ ਮੈਂ ਕਰ ਦਿੰਦਾ ਬਦਰ ਜੇ ਉਲਾ ਅਹਲੇ ਬੈਤ ਦਵਾਦੇ ਰਸੂਲ ਜੀ। ਕੋਈ ਸਿਆਹ ਕੋ ਸੁਭਾ ਕੇ ਦੱਸਦਾ ਹੈ ਇਹ। ਹੁਣੇ ਤੁਸੀਂ ਐਸ ਸੁਣਦੇ ਸੋ ਪੈ ਲਕਦ ਮਨ ਅੱਲਾਹੁ ਅਲਲ ਮੁਮਿਨੀਨਾ ਇਜ਼ ਬਾਸਾ ਫੀ ਹਿਮ ਰਸੂਲਾ। ਪੂਰੇ ਕੁਰਾਨ ਚ ਕੋਈ ਇੱਕ ਐਤ ਪੜੋ ਕਿ ਅੱਲਾ ਫਰਮਾਇਆ ਹੋਵੇ ਮੈਂ ਆਪਣਾ ਰਸੂਲ ਜਿਹੜਾ ਹੈ ਮਾਦ ਅੱਲਾ ਕਾਫਰਾਂ ਚ ਕੱਲਿਆ। ਕਿਤੇ ਨਿਕਲੇ ਕੁਰਾਨ ਚ ਉਹ ਪੂਰੇ ਕੁਰਾਨ ਚੋਂ ਇੱਕ ਕੈਦ ਪੜੋ ਜਿਹਦਾ ਇਹ ਤਰਜਮਾ ਹੋਵੇ ਕਿ ਰਸੂਲ ਮੁਸ਼ਰਕੀਨ ਚ ਆਇਆ। ਪੂਰੇ ਕੁਰਾਨ ਚੋਂ ਇੱਕ ਕੈਦ ਪੜੋ ਜਿਹਦਾ ਇਹ ਤਰਜਮਾ ਹੋਵੇ ਕਿ ਹਜ਼ੂਰ ਮੁਨਾਫਕੀਨ ਚ ਆਏ ਨੇ। ਪੂਰੇ ਕੁਰਾਨ ਚੋਂ ਇੱਕ ਕੈਦ ਪੜੋ ਜਿਹਦਾ ਇਹ ਤਰਜਮਾ ਕਿ ਹਜ਼ੂਰ ਕਾਫਰਾਂ ਚ ਆਏ ਨੇ। ਤੇ ਇਹ ਤੁਹਾਡੇ ਸਾਹਮਣੇ ਕੁਰਾਨ ਦੀ ਆਇਤ ਹੈ ਲਕਦ ਮਨ ਅੱਲਾਹੁ ਅਲਲ ਮੁਮਿਨੀਨਾ ਇਜ਼ ਬਾਸਾ ਫੀ ਹਿਮ ਰਸੂਲਾ ਫੀ ਹਿਮ ਰਸੂਲਾ। ਲੋਕੋ ਰਸੂਲ ਆਇਆ ਵੀ ਮੋਮਨਾ ਚ, ਰਿਹਾ ਵੀ ਮੋਮਨਾ ਚ, ਮੌਜੂਦ ਵੀ। ਮੁਨਾਫਕਾਂ ਚ ਭੇਜਿਆ, ਮੁਸ਼ਰਕੀਨ ਚ ਭੇਜਿਆ। ਅੱਲਾ ਫਰਮਾਉਂਦਾ ਮੈਂ ਮੋਮਨਾ ਤੇ ਅਹਿਸਾਨ ਕੀਤਾ ਇਜ਼ ਬਾਸਾ ਫੀ ਹਿਮ ਰਸੂਲਾ। ਇਹ ਆਇਆ ਵੀ ਮੋਮਨਾ ਚ, ਰਿਹਾ ਵੀ ਮੋਮਨਾ ਚ। ਖੁਰੇ ਤੁਹਾਨੂੰ ਸਮਝ ਆਉਂਦੀ ਕਿ ਨਹੀਂ? ਆਇਆ ਵੀ ਮੋਮਨਾ ਚ, ਰਿਹਾ ਵੀ ਮੋਮਨਾ ਚ, ਮੌਜੂਦ ਵੀ ਮੋਮਨਾ ਚ। ਜਿੱਥੇ ਹਜ਼ੂਰ ਨੇ ਉੱਥੇ ਪਲੀਤੀ ਨਹੀਂ, ਜਿੱਥੇ ਪਲੀਤੀ ਉੱਥੇ ਹਜ਼ੂਰ ਨਹੀਂ। ਉਹ ਜਿਹੜਾ ਮੱਖੀ ਨਹੀਂ ਬਹਿਣ ਦਿੰਦਾ, ਜਿਹੜਾ ਕਿਸੇ ਪਲੀਤ ਨੂੰ ਬੂਹਾ ਨਹੀਂ ਲੰਘਣ ਦਿੰਦਾ, ਜਿਹੜਾ ਸਾਇਆ ਨਹੀਂ ਬਰਦਾਸ਼ਤ ਕਰਦਾ। ਉਹ ਪਲੀਤ ਮਰਦ ਹੋਵੇ ਜਾਂ ਪਲੀਤ ਔਰਤ ਹੋਵੇ, ਉਹ ਰੱਬ ਆਪਣੇ ਮਹਿਬੂਬ ਦੇ ਨੇੜੇ ਆਉਣ ਦਿੰਦਾ। ਪਹਿਲੇ ਮੰਨੋ ਜਿੱਥੇ ਹਜ਼ੂਰ ਨੇ ਉੱਥੇ ਪਲੀਤੀ, ਜਿੱਥੇ ਪਲੀਤੀ ਉੱਥੇ ਹਜ਼ੂਰ ਨਹੀਂ। ਦੋ ਗੱਲਾਂ ਮੈਂ ਮੁਕੰਮਲ ਕਰ ਲਈਆਂ, ਸਮਝ ਆ ਗਈ ਹੈ? ਨੰਬਰ 3, ਹਜ਼ੂਰ ਦੇ ਨੇੜੇ ਜਿਹੜੇ ਆਏ ਨੇ ਨਾ, ਇਹ ਆਪਣੇ ਆਪ ਨਹੀਂ ਆਏ। ਹਜ਼ੂਰ ਦੇ ਨੇੜੇ ਉਹ ਆਇਆ ਹੈ ਜਿਹਨੂੰ ਅੱਲਾ ਨੇ ਪਸੰਦ ਕੀਤਾ ਹੈ। ਤਵੱਜੋ ਨਾਲ ਸੁਣ ਲਿਆ ਜੀ, ਮੈਂ ਹੁਣ ਕੁਰਾਨ ਦੀਆਂ ਆਇਤਾਂ 2, 3, 4 ਪੜ੍ਹ ਦੇਣੀਆਂ ਨੇ। ਹਜ਼ੂਰ ਦੇ ਨੇੜੇ ਉਹ ਆਇਆ ਜਿਹਨੂੰ ਅੱਲਾ ਨੇ ਪਸੰਦ ਕੀਤਾ ਹੈ। ਇੱਥੇ ਇਹ ਵੀ ਗੱਲ ਯਾਦ ਰੱਖਿਆ ਜੇ ਜਿਹਨੂੰ ਮੈਂ ਪਸੰਦ ਕਰਾਂ, ਤੁਸੀਂ ਪਸੰਦ ਕਰੋ, ਗਲਤੀ ਵੀ ਹੋ ਸਕਦੀ ਹੈ, ਧੋਖਾ ਵੀ ਹੋ ਸਕਦਾ ਹੈ। ਬੇਲੀਓ ਜਿਹਨੂੰ ਅੱਲਾ ਪਸੰਦ ਕਰਨਾ ਹੈ, ਸੁਣੋ ਕੁਰਾਨ। ਤੇਰੀ ਤੇ ਮਰਿਆ ਕਾ ਇਮਾਮੁਲ ਅੰਬੀਆ ਸੈਯਦੁਲ ਅੰਬੀਆ ਨਬੀ ਅਕਰਮ ਨੂਰੇ ਮੁਜੱਸਮ ਸੱਲੱਲਾਹੁ ਅਲੈਹਿ ਵਸੱਲਮ, ਆਪ ਨੇ ਜਦੋਂ ਐਲਾਨ ਫਰਮਾਇਆ ਮੱਕੇ ਦੇ ਅੰਦਰ ਤੂਫਾਨੇ ਬਦਤਮੀਜ਼ੀ ਦੀ ਇੰਤਹਾ ਹੋ ਗਈ। ਕਿਤਾਬਾਂ ਦੱਸਦੀ ਉਹਨਾਂ ਨੇ ਵੱਟੇ ਮਾਰੇ, ਉਹਨਾਂ ਕੂੜੇ ਪਾਏ, ਰਾਜਕੰਡੇ ਖਿਲਾਰੇ,
ਸਰਕਾਰ ਦੇ ਮਗਰ ਮੰਦੇ ਲਈ ਆਵਾਜ਼ੇ ਕੱਸਦੇ ਨੇ, ਤੇਰੇ ਤੇ ਮੇਰੇ ਆਕਾ ਨਬੀ ਕਰੀਮ ਸੱਲਲਾਹੁ ਅਲੈਹਿ ਵਸੱਲਮ ਦੇ ਗਲ ਦੇ ਅੰਦਰ ਫਾ ਪਾ ਕੇ ਖਿੱਚਦੇ ਨੇ, ਆਪ ਸਜਦਾ ਕਰਦੇ ਨੇ, ਮੋਹਰੇ ਨਬੂਵਤ ਤੇ ਊਠਾਂ ਦੀਆਂ ਓਜਰੀਆਂ, ਕਿਤੇ ਕੂੜੇ ਪੈਂਦੇ ਨੇ ਪਏ, ਕਿਤੇ ਪੱਥਰ ਵੱਜਦੇ ਨੇ ਪਏ, ਇੱਕ ਲਫ਼ਜ਼ ਮੇਰੇ ਨਾਲ ਮੁਹੱਬਤ ਨਾਲ ਕਹਿ ਲਓ, ਸੁਣਿਆ ਤੇਰੀ ਸੂਰਤ ਵੀ ਬੇਮਿਸਾਲ, ਤੇਰੀ ਸੀਰਤ ਵੀ ਬੇਮਿਸਾਲ, ਮੇਰੇ ਆਕਾ ਦੀ ਸੂਰਤ ਵੀ ਬੇਮਿਸਾਲ, ਸੂਰਤ ਵੀ ਬੇਮਿਸਾਲ, ਸੀਰਤ ਵੀ ਬੇਮਿਸਾਲ, ਤੁਸੀਂ ਨਾ ਬੋਲਿਆ ਜੇ ਪਰਚਾ ਹੋ ਜਾਣਾ ਜੇ ਜਿਹਨੇ ਸਮਾਨ, ਸੂਰਤ ਵੀ ਬੇਮਿਸਾਲ ਤੇ ਸੀਰਤ ਇੰਨਾ ਕਾ ਇਮਰਾਨ ਖਾਨ ਦਾ ਜਲਸਾ ਹੋਵੇ ਨਾ ਅਤੇ ਨਵਾਜ਼ ਸ਼ਰੀਫ ਦਾ ਅਤੇ ਬਲਾਵਲ ਦਾ, ਅੱਲਾ ਪਾਕ ਮਾਈਆਂ ਪੈਣਾ ਬੱਚੀਆਂ ਧੀਆਂ ਨੂੰ ਸੈਯਦਾ ਜ਼ਹਰਾ ਦੀ ਗੁਲਾਮੀ ਨਸੀਬ ਫਰਮਾਏ। ਉਹ ਇਕਬਾਲ ਨੇ ਰੋ ਕੇ ਕਿਹਾ ਸੀ, ਮੈਂ ਬੁਲਬੁਲੇ ਨਾਲਾ ਹੂੰ ਇਸ ਉਜੜੇ ਗੁਲਿਸਤਾਂ ਕਾ, ਤਾਸੀਰ ਕਾ ਸਾਇਲ ਹੂੰ ਮੁਹਤਾਜ ਕੋ ਦਾਤਾ ਦੇ, ਬੇਟੀ ਬਹਿਣ ਮਾਂ ਜੀ ਸੜਕ 'ਤੇ ਨਹੀਂ ਨਾ ਚੰਗੀ ਲੱਗਦੀ ਜੀ, ਲੋਕ ਵੀ ਨਹੀਂ ਡੱਕਦੇ ਵਿੱਚ ਇਹਨਾਂ ਕੋਲ ਵੋਟ ਲੈਣੇ ਨੇ ਜੀ। ਤਾਂ ਉਹ ਮੈਂ ਖਬਰਾਂ 'ਚ ਵੇਖਿਆ, ਉਹ ਜਿਹੜਾ ਝੰਡਾ ਉਹਦੇ ਟੈਰ ਤਿਆਰ ਹੁੰਦੀਆਂ ਨੇ, ਝੰਡੇ ਦੇ ਤਹਿਤ ਲਿਬਾਸ ਪਰਨੇ, ਗੱਲਾਂ 'ਤੇ ਵੀ ਝੰਡੇ ਮਾਦ ਅੱਲਾ, ਅਤੇ ਬਾਹਾਂ ਚੁੱਕ ਚੁੱਕ ਕੇ ਇਮਰਾਨ ਖਾਨ ਦੇ ਸਾਹਮਣੇ ਅਤੇ ਬਲਾਵਲ ਅਤੇ ਮੀਆਂ ਬਰਾਦ ਲਲਕਰੇ ਪਈਆ ਮਾਰਦੀਆਂ ਨੇ, ਹੁਣ ਵੀ ਮਾਰ ਲੋਟਤੇ ਇੰਝ ਭਿਆਉਂਦਾ ਹੈ, ਭੈੜੇ ਉਹ ਮਸੀਤੇ ਬੈਠੇ ਹੋ, ਹਜ਼ੂਰ ਦੇ ਉਮਤੀ ਹੋ, ਹਜ਼ੂਰ ਦੀ ਮਹਿਫਲ 'ਚ ਬੈਠੇ ਹੋ, ਅਤੇ ਤੁਹਾਨੂੰ ਮੈਂ ਉਹਨਾਂ ਨਾਲ ਬੋਲੋ ਤਾਂ ਕਈ ਮੁੰਡੇ ਅਜੇ ਵੀ ਨਹੀਂ ਬੋਲਦੇ ਪਏ। ਹੁਣ ਤੁਸੀਂ ਮੇਰੀ ਬੋਲਣਾ ਨਹੀਂ, ਜਿਹਦਾ ਦਿਲ ਕਰੇ ਨਾ ਬੋਲੋਗੇ ਤਾਂ ਫਿਰ ਕੀ ਹੈ, ਮੇਰਾ ਤਾਂ ਦਿਲ ਕਰਦਾ ਤੁਸੀਂ ਜ਼ਿਕਰ ਕਰਨ ਵਾਲਿਆਂ 'ਚ ਵੀ ਸ਼ਾਮਿਲ ਹੋ ਜਾਓ, ਤੁਹਾਡੇ ਦਿਲ 'ਚੋਂ ਇਸ਼ਾਰੇ ਕੋਈ ਦਾਤ ਚਾਹੁੰਦੇ ਨੇ, ਮੈਨੂੰ ਇਸ ਉਮਰੇ ਦਾਤ ਦੀ ਕਿਹੜੀ ਲੋੜ ਹੀ, ਮੈਂ ਤਾਂ ਚਾਹੁੰਦਾ ਮੁਹੱਬਤ ਨਾਲ ਬੋਲੀ ਜਾ, ਪਤਾ ਨਹੀਂ ਕਿਹੜਾ ਵੇਲਾ ਕਬੂਲ ਹੋਵੇ, ਜੇ ਤੇਰਾ ਨਹੀਂ ਦਿਲ ਕਰਦਾ ਤਾਂ ਭਾਈਆ ਨਾ ਬੋਲ। ਤੇਰੇ ਤੇ ਮੇਰੇ ਆਕਾ ਇਮਾਮੁਲ ਅੰਬੀਆ ਸੈਯਦ ਅੰਬੀਆ, ਪੰਜ ਕੁ ਮਿੰਟ ਇੱਥੇ ਵੀ ਲਾਉਣਾ ਚਾਹੁੰਦਾ, ਸੱਲੱਲਾਹੁ ਅਲੈਹਿ ਵਾਲੇ ਵਸੱਲਮ, ਮਸਜਿਦ ਵੱਲ ਜਾ ਰਹੇ ਨੇ, ਬੋਲੋ ਕਿੱਧਰ, ਉੱਚੀ ਬੋਲੋ, ਕੀ ਲੈਣ, ਵਾਸਤੇ ਨਮਾਜ਼ ਪੜ੍ਹਾਉਣ ਵਾਸਤੇ, ਕਿਉਂਕਿ ਮਸਜਿਦ ਨਬੀ ਦੇ ਇਮਾਮ ਹਜ਼ੂਰ ਨੇ, ਮਸਜਿਦ ਨਬੀ ਦੇ ਇਮਾਮ ਕੌਣ ਨੇ, ਸੱਲੱਲਾਹੁ ਅਲੈਹਿ ਵਸੱਲਮ, ਮਸਜਿਦ ਨਬੀ ਦੇ ਖਤੀਬ ਕੌਣ, ਉੱਥੇ ਬਹਿ ਕੇ ਪੜ੍ਹਾਉਂਦੇ ਕੌਣ ਸਨ, ਮੁਅੱਲਮ ਵੀ ਆਪ, ਇਮਾਮ ਵੀ ਆਪ ਅਤੇ ਖਤੀਬ ਵੀ ਆਪ, ਕਿੱਡਾ ਸ਼ੋਹਦਾ ਅਤੇ ਕਮੀਨਾ ਬੰਦਾ ਜਿਹੜਾ ਮੁਰੀਦਾਂ ਨੂੰ ਆਉਂਦਾ, ਮੌਲਵੀ ਹੋਰ ਹੁੰਦਾ ਅਤੇ ਫਕੀਰ ਹੋ ਜਾਂਦਾ, ਉਹ ਝੂਠਾ ਬਕਵਾਸ ਕਰਦਾ, ਉਹ ਜਾਹਿਲ ਹੈ, ਉਹ ਮੁਰੀਦ ਵੀ ਬਦਬਖਤ ਬਦਨਸੀਬ ਹੈ, ਉਹ ਪੀਰ ਵੀ ਬਦਬਖਤ ਬਦਨਸੀਬ ਹੈ, ਬੇਇਲਮਾ ਜੋ ਕਰੇ ਫਕੀਰੀ ਕਾਫਰ ਮਰੇ ਦੀਵਾਨਾ। ਹਰ ਮੌਲਵੀ ਵਲੀ ਆਲੀ ਹੁੰਦਾ, ਮੈਂ ਅੱਲਾ ਦਾ ਵਲੀ ਨਹੀਂ, ਪਰ ਹਰ ਵਲੀ ਆਲਮੇ ਦੀਨ ਹੁੰਦਾ। ਪੂਰੀ ਦੁਨੀਆ 'ਤੇ ਤੁਸੀਂ ਇੱਕ ਅੱਲਾ ਦੇ ਵਲੀ ਦਾ ਨਾਂ ਨਹੀਂ ਲੈ ਸਕਦੇ ਜਿਹੜਾ ਮੌਲਵੀ ਨਹੀਂ ਸੀ, ਆਲਮ ਨਹੀਂ ਸੀ, ਜਿਹੜਾ ਜਮਾਤ ਨਹੀਂ ਸੀ ਕਰਾਉਂਦਾ, ਜੁਮਾ ਨਹੀਂ ਸੀ ਪੜ੍ਹਾਉਂਦਾ, ਮਦਰਸੇ 'ਚ ਨਹੀਂ ਪੜ੍ਹਾਉਂਦਾ, ਇੱਕ ਦਾ ਨਾਂ, ਅੱਛਾ ਇੱਕ ਦਾ ਨਾਂ ਲੈ ਲਓ, ਚੰਦ ਉਹ ਨੇ ਜਿਹਨਾਂ ਨੂੰ ਇਲਮੇ ਲਦੂਨੀ ਮਿਲ ਗਿਆ, ਉਹ ਵੀ ਆਲਿਮ, ਅਤੇ 99% ਤਾਂ ਮਦਰਸੇ 'ਚ ਪੜ੍ਹੇ ਨੇ, ਲਵੋ ਨਾ ਨਾਂ ਕਿਸੇ ਦਾ, ਅਤੇ ਮੈਂ ਇੱਕੋ ਹੀ ਨਾਂ ਲੈ ਦੇਣਾ, ਇੱਕੋ ਹੀ ਬੜਾ ਹੋਏਗਾ,
ਮਹਬੂਬੇ ਸੁਮਾਨੀ ਕੰਦੀਲੇ ਨੂਰਾਨੀ ਸ਼ਬਾਦੇਲਾ ਮਕਾਨੀ ਹੋਸੇ ਆਦਮ ਹੋਸ ਸਕਲੈਨ ਕੁਤਬ ਅਲ ਕਿਤਾਬ ਅਲ ਹਾਫਿਜ਼ ਅਲ ਕੌਰੀ ਮੁਫਤੀ ਮੁਫਤੀ ਆਲਮ ਇਸਲਾਮ ਖਤੀਬੇ ਆਲਮ ਇਸਲਾਮ ਪੰਜਾਂ ਛੇ ਜ਼ਬਾਨਾਂ 'ਚ ਵਾਅਦਾ ਕਰਨ ਵਾਲਾ ਆਲਿਮ ਜਦੋਂ ਵਾਅਦ ਕਰਦਾ ਤੇ ਸੈਂਕੜੇ ਨਹੀਂ ਹਜ਼ਾਰਾਂ ਕਲਮਾਂ ਪੜ੍ਹ ਕੇ ਮੁਸਲਮਾਨ ਹੋ ਜਾਂਦੇ ਨੇ ਉਹ ਆਲਮ ਇਸਲਾਮ ਦਾ ਮੁਬੱਲਗ ਤੇ ਖਤੀਬ ਤੇ ਮੁਫਤੀ ਤਿਹਾਵਤ ਤੇ ਕਾਰੀ ਤੇ ਹਜ਼ਾਰਾਂ ਉਲਮਾ ਦਾ ਉਸਤਾਦ ਤੇ ਬਗਦਾਦ ਦੀ ਮਸਜਿਦ ਦਾ ਇਮਾਮ ਤੇ ਬਗਦਾਦ ਦੀ ਮਸਜਿਦ ਦਾ ਖਤੀਬ ਤੇ ਮਦਰਸੇ ਦਾ ਬਾਨੀ ਤੇ ਮੁਹਤਮਮ ਤੇ ਸ਼ੇਖੁਲ ਹਦੀਸ ਹਜ਼ਰਤ ਸਾਹਿਬਜ਼ਾਦਾ ਮੌਲਾਨਾ ਲਾਹਵਤ ਕਾਰੀ ਮੁਫਤੀ ਸੈਯਦ ਅਬਦੁਲ ਕਾਦਰ ਜਿਲਾਨੀ ਅਲ ਹਸਨੀ ਵਾਲੋ ਉੱਠੋ ਮੌਲਵੀ ਮੈਨੂੰ ਆਖ ਤੂੰ ਗਲਤ ਐਲਾਨ ਕਰਨਾ ਪਿਆ ਜਿਹਨੂੰ ਕੋਈ ਕੰਮ ਨਹੀਂ ਪੀਰ ਬਣ ਜਾਓ ਨਾ ਅੱਲਾ ਦਾ ਡਰ ਨਾ ਕਬਰ ਦਾ ਡਰ ਨਾ ਆਖਰਤ ਦਾ ਡਰ ਐਵੇਂ ਤੈਨੂੰ ਤਵੀਜ਼ ਪਏ ਨੇ ਤਵੀਜ਼ਾਂ ਦੀਆਂ ਬਰਕਤਾਂ ਨੇ ਤਵੀਜ਼ਾਂ ਸ਼ਫਾਵਾਂ ਨੇ ਦਮਾਂ ਸ਼ਫਾਵਾਂ ਨੇ ਜਿਹੜੇ ਕੁਰਾਨ ਹਦੀਸ ਦੇ ਮੁਤਾਬਕ ਨੇ ਉਹਨੇ ਪੈਣਾ ਕਿੱਥੋਂ ਆ ਗਏ ਨੇ ਇੰਜ ਤਵੀਜ਼ ਪੈਂਦੇ ਤੇ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਜਹਾਜ਼ ਉਡਾਉਂਦੇ ਪੂਰੀ ਦੁਨੀਆਂ ਤੇ ਉਹ ਬਾਬਾ ਲੱਭ ਲੈਂਦੇ ਤੇ ਪੈਰੀ ਡਿੱਗ ਪੈਂਦੇ ਭਾਵੇਂ 10 ਅਰਬ ਦੇਣਾ ਪੈਂਦਾ ਬਾਬਾ ਇੱਕ ਤਵੀਜ਼ ਪਾ ਦੇ ਜੇ ਉਹਨੂੰ ਇਮਰਾਨ ਖਾਨ ਨੂੰ ਪਾਉਣਾ ਸਾਨੂੰ ਤਵੀਜ਼ ਦੇ ਜਾਣ ਤੁਹਾਨੂੰ ਜਿੱਤੇ ਵਿੱਚ ਕਿਸੇ ਤਰੀਕੇ ਨਾਲ ਤੁਹਾਨੂੰ ਸਮਝ ਆ ਜਾਏ ਚੌਕੀਦਾਰ ਆ ਜਦੋਂ ਔਕਾ ਦੇਣਾ ਪਿਆ ਕੀ ਲੋੜ ਹੈ ਥਾਣੇ ਜਾਣ ਦੀ ਤਵੀਜ਼ ਪਹਾੜਿਆ ਕਰੋ ਕਮਾਲ ਹੋ ਗਈ ਹੈ ਕਿਆ ਸਿਰਖ ਸਿਰਖ ਹਜ਼ਰਤ ਉਲਮਾਏ ਕਰਾਮ ਸਿਰਫ ਬੋਲਣ ਤੇ ਤੁਹਾਨੂੰ ਕਸਮ ਜੀ ਜੇ ਮੇਰੀ ਗਲਤ ਮੈਤ ਕਰੋ ਤੇ ਬਲਕਿ ਮੈਂ ਅਗਰ ਗਲਤੀ ਕਰਾਂ ਮੈਨੂੰ ਦੱਸਿਆ ਜੀ ਮੈਂ ਤੋਬਾ ਕਰਾਂਗਾ ਦੁਬਾਰਾ ਮਸਲਾ ਨਹੀਂ ਬਿਆਨ ਕਰਾਂਗਾ ਹਜ਼ੂਰ ਸੱਲ੍ਹਾ ਸਮ ਤਵੀਜ਼ ਦਿੰਦੇ ਹੁਣ ਪੈਣ ਵਾਲੇ ਮੂੰਹ ਨਾ ਬੋਲਿਆ ਜੀ ਯਾਰ ਸਾਬਾ ਤਾਬੀ ਤਬਾ ਤਬਈਨ ਅਹਿਮਦੀਨ ਮੁਹਦਸੀਨ ਅਤੇ ਨੇੜੇ ਆ ਜਾਓ ਗੋਸ ਪਾਕ ਨੌਸ਼ਾ ਪਾਕ ਮੁਜੱਦਦ ਪਾਕ ਰੂਹ ਗਰੀਬ ਨਵਾਜ਼ ਨੇੜੇ ਹੋਰ ਆ ਜਾਓ ਸ਼ੇਰੇ ਰਬਾਨੀ ਅਮੀਰੇ ਮਿਲਤ ਯਾਰ ਕੋਈ ਗੱਲਾਂ ਨਹੀਂ ਕਰਨ ਵਾਲੀਆਂ ਉਹ ਜਿਹਾ ਕਮਜ਼ੋਰ ਇਮਾਨ ਉਹ ਮਿਲੀਓ ਇੰਜ ਨਾ ਕਰਿਆ ਕਰੋ ਅੱਲਾ 'ਤੇ ਯਕੀਨ ਰੱਖੋ ਉਹ ਲਾ ਕੁੱਲੇ ਸ਼ੈਨ ਕਦੀਰ ਏ ਆਹ ਸਦੀਕੀ ਸਾਹਿਬ ਮੇਰੇ ਕੋਲ ਨੇ ਸਦੀਕੀ ਵੀ ਤੇ ਫਰੂਕੀ ਵੀ ਤੇ ਹੁਸੈਨੀ ਵੀ ਕਿਉਂਕਿ ਨੇ ਅਸੀਂ ਖਾਰਜੀ ਹਾਂ ਨਾ ਰਾਫਜ਼ੀ ਹਾਂ ਅਬੂ ਬਕਰ ਵੀ ਉਸਮਾਨ ਵੀ ਕੋਈ ਬੈਠਾ ਲਓ ਉਸਮਾਨ ਵੀ ਲਓ ਜੀ ਅਬੂ ਬਕਰ ਇਹ ਸਦੀਕੀ ਇਹ ਫਰੂਕੀ ਉਹ ਉਸਮਾਨ ਮੈਂ ਹੁਸੈਨ ਫਿਦਾ ਹੁਸੈਨ ਮਤਲਬ ਹੁਸੈਨ ਦਾ ਗੁਲਾਮ ਹੁਸੈਨੀ ਮੈਂ ਕਿਹੜਾ ਮੌਲੀ ਨੂੰ ਪੈਸੇ ਗਸੀਦ ਬਣਿਆ ਵਾ ਅੱਲਾ ਤੁਹਾਨੂੰ ਵੀ ਸਲਾਮਤ ਰੱਖੇ ਅੱਲਾ ਦੀ ਕਸਮੇ ਖੁਸ਼ ਉਦੋਂ ਹੋਵਾਂਗਾ ਜਦੋਂ ਤਵੱਜੇ ਨੂੰ ਮੇਰਾ ਹੋਕਾ ਸੁਣ ਲਓਗੇ ਬਸ ਮੈਂ ਤੁਹਾਡੇ ਆ ਰਹੀ ਹਾਂ ਮੈਂ ਕੋਈ ਜ਼ਾਤ ਵਾਸਤੇ ਨਹੀਂ ਕਰਦਾ ਪਿਆ ਜ਼ਾਤ ਵਾਸਤੇ ਨਹੀਂ ਕਰਦਾ ਪਿਆ ਜੇ ਚੰਗੀ ਗੱਲ ਲੱਗੇ ਤਾਂ ਅਮਲ ਕਰੀ ਚੰਗੀ ਗੱਲ ਲੱਗੇ ਨਾ ਤਾਂ ਅਮਲ ਕਰੀ ਨਾ ਚੰਗੀ ਲੱਗੀ ਤਾਂ ਨਾ ਮੰਨੀ ਇੱਕ ਪੁੱਛ ਨਹੀਂ ਉਹ ਚੰਗੀ ਕਰੇਗਾ ਤੇ ਮੇਰੀ ਛੱਡ ਦੇ ਬੇਲੀ ਆ ਉਹਦੀ ਮੰਨ ਲਈ ਮੈਂ ਕਦੋਂ ਨਾ ਮੇਰੀ ਮੰਨ ਕੇ ਜਾ ਖੁਦਾ ਦਾ ਖੌਫ ਇਹ ਸਦੀਕੀ ਸਾਹਿਬ ਮੇਰੇ ਕੋਲ ਨੇ ਤੁਹਾਡੇ ਇਮਾਮ ਤੇ ਖਤੀਬ ਮੌਲਾਨਾ ਦਿਲਸ਼ਾਦ ਕਾਰੀ ਸਦੀਕੀ ਸਾਹਿਬ ਫਰੂਕੀ ਸਾਹਿਬ ਅੱਗੇ ਕੁਰਸੀ 'ਤੇ ਬੈਠਣਾ ਕੋਈ ਪੁੱਛ ਲੈਂਦੇ ਆ ਇਹ ਮੌਲਾਨਾ ਬੈਠੇ ਨੇ ਤੁਹਾਨੂੰ ਰੱਬ ਨੇ 100 ਰੁਪਈਆ ਦੇਣਾ ਹੈ ਕੋਈ ਦੁਨੀਆਂ ਦੀ ਤਾਕਤ 99 ਕਰ ਦੇਗੀ ਕਿਉਂ ਬਾਈ 101 ਕਰ ਦੇਗੀ ਤੇ ਤੁਸੀਂ ਮਰਨ ਵਾਲੇ ਕਿਉਂ ਹੋਏ ਹੋ ਬਈ ਖੁਸ਼ ਹੋ ਕੇ ਸੁਣੋ ਖੁਦਾ ਵਾਸਤੇ ਮੇਰੀ ਤਬਲੀਗ ਸੁਣੋ ਅੱਲਾ ਤੁਹਾਨੂੰ ਖੁਸ਼ ਰੱਖੇ ਕਿਉਂ ਮਰਨ ਵਾਲੇ ਹੋਏ ਹੋ ਅੱਛਾ ਤੁਸੀਂ ਸਾਰੇ ਬਾਅਦ 'ਚ ਨਾ ਮੈਨੂੰ ਬੇਸ਼ੱਕ ਬੁਰਾ ਭਲਾ ਕਹਿ ਦਿਆ ਜੇ ਚੰਗੀ ਲੱਗੀ ਤੇ ਦੁਆ ਕਰ ਛੜਿਆ ਜੇ ਮੇਰੇ ਨਜ਼ਦੀਕ ਉਹ ਬੰਦਾ ਪਾਗਲ ਹੈ ਉਹ ਮੈਨੂੰ ਭਾਵੇਂ 2 ਵਾਰੀ ਨਹੀਂ 100 ਵਾਰੀ ਆ ਲਵੇ ਮੈਂ ਖਵਾਉਣ ਨੂੰ ਤਿਆਰ ਹਾਂ ਆਂਦਾ ਬੰਦਾ ਉਹਦੀ ਜਦੋਂ ਖਵਾ ਵੀ ਲਵੇ ਜਿਹੜਾ ਖਵਾ ਨਹੀਂ ਸਕਦਾ ਉਹਨੂੰ ਕਹਿਣ ਦੀ ਕੋਈ ਲੋੜ ਹੈ ਬੇਸ਼ੱਕ ਤੁਸੀਂ ਵੀ ਕਹਿ ਦਿਆ ਜੇ ਜਿਸ ਬੰਦੇ ਦਾ ਰਿਜ਼ਕ ਹਰਾਮ ਹੈ ਨਾ ਉਹ ਤੇ ਆਪਣੇ ਆਪ ਦਾ ਦੁਸ਼ਮਣ ਹੈ ਉਹਨੂੰ ਕਿਸੇ ਦੁਸ਼ਮਣ ਦੀ ਜ਼ਰੂਰਤ ਹੀ ਨਹੀਂ ਉਲਮਾਏ ਕਰਾਮ ਤੁਹਾਨੂੰ ਅੱਲਾ ਦਾ ਵਾਸਤਾ ਕਹਿ ਕੇ ਕਹਿੰਦਾ ਵਾ ਤੁਸੀਂ ਉੱਚੀ ਬੋਲਣਾ ਜੇ ਤੁਹਾਨੂੰ ਗੱਲ ਚੰਗੀ ਲੱਗੇ ਤੇ ਵਡੇਰੇ ਬੰਦੇ ਬੱਚੇ ਬੇਸ਼ੱਕ ਸਭ ਤੋਂ ਮਤਲਬ ਮੈਂ 10-20 ਕਰੋੜ ਰੁਪਈਆ ਸੂਦ ਨਾਲ ਹੇਰੀ ਫੇਰੀ ਨਾਲ ਕਿਸੇ ਗਲਤ ਤਰੀਕੇ ਨਾਲ ਕਮਾ ਲਿਆ ਮਿਲਾਵਟ ਕਰਕੇ ਧੋਖਾ ਕਰਕੇ ਕਿਸੇ ਮੈਂ ਉਹਨਾਂ ਪੈਸਿਆਂ 'ਚੋਂ ਹੱਜ ਕਰ ਆਵਾਂ
ਕਬੂਲ ਹੈ? ਨਹੀਂ। ਉਮਰਾ ਕਰਾਂ? ਨਹੀਂ। ਜ਼ਕਾਤ ਵੀ ਦੇਵਾਂ? ਨਹੀਂ। ਖੈਰਾਤ ਵੀ ਕਰਾਂ? ਨਹੀਂ। ਮਿਲਾਦ ਵੀ ਮਨਾ ਲਾਂ? ਨਹੀਂ। ਬੱਕਰੇ ਵੀ 20 ਦੇਵਾਂ ਵੱਡੀ ਨੂੰ? ਇੱਥੇ ਨਹੀਂ, ਮੱਕੇ ਸਾਰੀ ਉਮਰ ਬਹਿ ਕੇ ਨਮਾਜ਼ਾਂ ਪੜ੍ਹਦਾ ਰਵਾਂ, ਮਦੀਨੇ ਸ਼ਰੀਫ ਟੁੱਟ ਜਾਵਾਂ? ਕੱਖ ਕੰਡਾ ਨਹੀਂ ਰਹਿੰਦਾ ਉਸ ਬੰਦੇ ਦਾ। ਉਹ ਪਤਾ ਨਹੀਂ ਕੀ ਆਉਂਦਾ, ਮੈਂ ਕਾਮਯਾਬ ਹੋ ਗਿਆ, ਮੇਰੇ ਕੋਲ ਦੌਲਤ ਬੜੀ ਆ ਗਈ ਹੈ। ਕੋਈ ਆਉਂਦਾ ਮੈਂ ਕਾਮਯਾਬ ਹੋ ਗਿਆ, ਅਸੀਂ ਮੈਂਬਰ ਮੈਂ ਬਣ ਗਿਆ। ਜੇ ਦੌਲਤ ਦਾ ਨਾਕਾਮਯਾਬੀ ਤੇ ਕਾਨੂੰਨ ਵੀ ਕਾਮਯਾਬ ਕਹੋ? 70 ਬੰਦੇ ਜਾਂ 70 ਊਠ ਜਿਹਦੀਆਂ ਚਾਬੀਆਂ ਚੁੱਕਦੇ ਸਨ ਖਜ਼ਾਨਿਆਂ ਦੀਆਂ। ਜੇ ਇਕਤਦਾਰ ਦਾ ਨਾਕਾਮਯਾਬੀ ਹੈ ਤੇ ਫਿਰ ਨਮਰੂਦ ਪੂਰੀ ਦੁਨੀਆਂ ਦਾ ਬਾਦਸ਼ਾਹ ਸੀ, ਮਗਰ ਉਹਨਾਂ ਨੂੰ ਤੇ ਨਾਕਾਮ ਕਹਿੰਦੇ ਹੋ? ਫਿਰ ਮੰਨੋ ਨਾ, ਦੌਲਤਮੰਦ ਹੋਣਾ ਕਾਮਯਾਬੀ ਨਹੀਂ, ਵਜ਼ੀਰ ਆਜ਼ਮ ਸਦਰ ਬਣਨਾ ਕਾਮਯਾਬੀ ਨਹੀਂ। ਰਾਵੀ ਦਾ ਕੰਡਾ ਹੋਵੇ ਤੇ ਹਜ਼ੂਰ ਦਾ ਗੁਲਾਮ ਹੋਵੇ, ਕੱਚੀ ਕੁੱਲੀ ਚ ਬਹਿ ਜਾਏ ਤੇ ਉਹ ਦਾਤਾ ਗੰਜ ਬਖਸ਼ ਕਾਮਯਾਬ ਹੋ ਜਾਂਦਾ ਹੈ। ਕੀ ਕਰਨੇ ਨੇ ਪੈਸੇ, ਕੀ ਕਰਨਾ ਨਹੀਂ? ਅੱਲਾਹ ਦਾ ਬੜਾ ਫਜ਼ਲ ਹੈ ਜੀ, ਅੱਲਾਹ ਦਾ ਫਜ਼ਲ ਉੱਤੇ ਜਿਹੜਾ ਖਾਂਦਾ ਵੀ ਹਲਾਲ ਹੈ, ਪਾਉਂਦਾ ਵੀ ਹਲਾਲ ਹੈ। ਜਿਹੜਾ ਜੇ ਕੋਈ ਖਾਣ ਪੀਣ ਹਲਾਲ ਨਹੀਂ ਨਾ, ਰਹਿਣ ਬਹਿਣ, ਉਹ ਸਮਝੇ ਮੈਂ ਆਪਣੇ ਆਪ ਦਾ ਆਪ ਦੁਸ਼ਮਣ ਹਾਂ। ਤੇ ਮਿਲਣਾ ਤੈਨੂੰ ਉਹ ਹੀ ਹੈ ਜੋ ਤੇਰੇ ਨਸੀਬਾਂ 'ਚ ਹੈ। ਇੱਜ਼ਤ ਨਾਲ ਲੀਲੇ ਮੈਂ ਮਿਸਾਲ ਦਿੱਤੀ ਹੈ ਤਾਂ ਵੀ ਸੋ ਹੀ ਹੈ, ਜ਼ਲੀਲ ਹੋ ਕੇ ਲੀਲੇ ਤਾਂ ਵੀ ਸੋ ਹੀ ਹੈ, ਹਰਾਮ ਦੀ ਰਾਹ ਲੀਲਾ ਤਾਂ ਵੀ ਸੋ ਹੀ ਆ, ਹਲਾਲ ਦੀ ਰਾਹ ਲੀਲਾ ਤਾਂ ਵੀ ਸੋ ਹੀ ਆ, ਮਿਲਣਾ ਸੋ ਹੀ ਆ। ਇੱਕ ਨੁਸਖਾ ਹੈ ਜਿਹੜੀ ਜ਼ਖਤ ਉਮਰ 'ਚ ਬਰਕਤ ਪਾਣੀ ਆ, ਅੱਲਾਹ ਦੇ ਦਿੱਤੇ 'ਚੋਂ ਦਿਆ ਕਰ ਤੇ ਵਾਲਦੈਨ ਦੀ ਖਿਦਮਤ ਕਰਿਆ ਕਰ। ਉਮਰ 'ਚ ਵੀ ਬਰਕਤ ਤੇ ਰਿਜ਼ਕ 'ਚ ਵੀ ਬਰਕਤ, ਵਰਨਾ ਮੇਰੀਆਂ ਤਕਰੀਰੀਆਂ ਕਰਨਾ ਮੈਨੂੰ ਸਗੋਂ ਚੋਖੀਆਂ ਲਿੱਤਰ ਪੈਣਗੇ। ਬਗੈਰ ਤਾਂ ਲੋਕਾਂ ਨੂੰ ਮਸਲੇ ਸੁਣਾਉਂਦਾ ਰਿਹਾ, ਆਪ ਖਾਣ ਲੱਗਿਆ ਸੋਚੀ ਨਹੀਂ? ਬਗੈਰ ਤਾਂ ਲੋਕਾਂ ਨੂੰ ਆਉਂਦਾ ਰਿਹਾ, ਆਪ ਆਰਾਮ ਦੇ ਪੈਸਿਆਂ ਦੇ ਲਿਬਾਸ ਪਾਏ ਨਹੀਂ, ਇੱਕ ਛਿੱਟ ਵੀ ਪੈ ਜਾਣੀ ਜੇ ਦੋਵਾਂ ਨਾ ਮੈਂ ਨਮਾਜ਼ ਨਹੀਂ ਪੜ੍ਹ ਸਕਦਾ, ਇੱਕ ਛਿੱਟ ਤੇ ਕੁੜਤੇ ਦੇ ਪੈ ਜਾਣੀ ਜਾਂ ਬਦਲਾਂ ਜਾਂ ਦੋਵਾਂ ਵੀਡੀਓ ਤੇ ਛਿੱਟ ਬਰਦਾਸ਼ਤ ਕਰਦਾ ਨਬੀ ਦੇ ਉਮਤੀ ਤੇ ਉਹਦੇ ਮਹਿਬੂਬ ਦਾ ਕੀ ਮਕਾਮ ਹੋਵੇਗਾ? ਨਹੀਂ ਸਮਝ ਆਈ? ਕੋਈ ਫਾਇਦਾ ਨਹੀਂ। ਰਿਜ਼ਕੇ ਆਰਾਮ ਦੀ ਬੜੀ ਬੁਰੀ ਤਸੀਰ ਹੈ, ਇਸੇ ਵੇਲੇ ਕੁਰਾਨ ਵੀ ਲੋਕ ਪੜ੍ਹਦੇ ਨੇ, ਤਵੱਜੋ ਨਾਲ ਸੁਣਦੇ ਹੋ ਮੇਰੀ ਗੱਲ? ਸਾਰੇ ਲੋਕ, ਸਾਰੀ ਦੁਨੀਆ ਕੁਰਾਨ ਨੂੰ ਸਮਝੀਏ? ਬੋਲੋ, ਨਹੀਂ ਸਮਝੀ? ਤੁਹਾਨੂੰ ਇੱਕ ਵੀ ਗੱਲ ਸੁਣਾ ਰਿਹਾ, ਪੱਲੇ ਬੰਨਿਆ ਆਪਣੇ ਬੱਚਿਆਂ ਨੂੰ ਸਿਖਾਇਆ ਕਰੋ ਅਜਿਹੀਆਂ ਗੱਲਾਂ। ਅਸੀਂ ਬੱਚਿਆਂ ਨੂੰ ਸੁਣਾਉਂਦੇ ਹਾਂ ਕਿ ਨੋਇਜ਼ੀ ਆਈਜ਼ ਹੈਡ ਹੈਂਡ। ਮੈਂ ਤਾਂ ਅਗਲੇ ਦਿਨ ਮਾਰਿਆ ਇੱਕ ਮੁੰਡੇ ਨੂੰ, ਮੈਂ ਆਖਿਆ ਇਹਨੂੰ ਬਿਸਮਿਲ ਮਾਂ ਦੇ ਅੱਲਾਹੂ ਅੱਲਾਹੂ ਸਿਖਾਉਂਦੀਆਂ ਸਨ, ਲਾ ਇਲਾ ਲਾ ਇਲਾ। ਗੱਲ ਨਹੀਂ ਸਮਝੀ? ਹੁਣ ਆਈਜ਼ ਨੋਇਜ਼ ਹੈਡ ਕੀ ਤੁਸੀਂ ਸਮਝ? ਬੇਟਾ ਮੈਂ ਸਹੀ ਕਹਿ ਰਿਹਾ, ਅੱਲਾਹ ਤੁਹਾਨੂੰ ਕੁਛ ਰੱਖੇ। ਜਿਵੇਂ ਜਿਵੇਂ ਦੀਨ ਤੋਂ ਦੂਰ ਰਹੋਗੇ ਬਰਬਾਦ ਹੋ ਜਾਓਗੇ। ਜਿੰਨੀ ਦੁਨੀਆ ਬਰਬਾਦ ਹੋਈ ਹੈ ਦੀਨ ਦੀ ਦੂਰੀ ਦੀ ਵਜ੍ਹਾ ਤੋਂ ਹੋਈ ਹੈ। ਇਹ ਪਾਬੰਦੀਆਂ ਸਾਰੀਆਂ ਦੀਨ 'ਚ ਹੀ ਨੇ, ਜਿਹੜੇ ਬੰਬ ਫੜਦੇ ਨੇ ਭਾਵੇਂ ਨਾਂ ਨਹੀਂ ਲੈਣਾ, ਇਹ ਸਾਰੇ ਉਹ ਜਿਹੜੇ ਆ। ਕੀ ਹਾਲ ਹੀ? ਠੀਕ ਆ। ਹੋਰ ਸੁਣਾ? ਠੀਕ ਆ। ਮੁੰਡੇ ਨੂੰ ਮੈਂ ਪੁੱਛਿਆ ਕਿੱਥੇ ਸੈਂ? ਇੱਥੇ ਸਾਂ। ਉਹ ਨਾਲ ਇੰਝ ਗੱਲ, ਕਿੱਥੋਂ ਆਇਆ? ਇੱਥੇ ਹੀ ਸਾਂ। ਮੈਂ ਲਾ ਲਿੱਤਰ ਲਿਆ ਤੇਰੀ ਐਸੀ ਤੈਸੀ, ਪਹਿਲਾਂ ਇੱਥੋਂ ਦਾ ਨਾਂ ਦੱਸ ਮੈਨੂੰ। ਫੜ ਕੇ ਮੋਬਾਈਲ ਮੈਂ ਮਾਰਿਆ ਕੰਦਰ, ਮੈਂ ਹੁਣ ਦੱਸ ਕਿੱਥੋਂ ਆਇਆ? ਜਗ ਪੁੱਛ ਲਿਆ ਜੇ ਮੇਰੇ ਮੁੰਡੇ ਨੇ। ਸੋਚੋ, ਮੈਂ ਇਹ ਇਕੱਠ ਜਿਹੜਾ ਨਾ ਸ਼ੋਲ ਵਾਸਤੇ ਨਹੀਂ ਕੀਤਾ, ਇਹ ਇਬਾਦਤ ਹੁੰਦੀ ਹੈ ਜਾਂ ਤਬਲੀਗ ਹੁੰਦੀ ਹੈ ਜਾਂ ਬਹਿ ਇਹੋ ਜਿਹੀ ਬਹਿਫਲ 'ਚ ਬਹਿ ਕੇ ਬਰਕਤਾਂ ਹੁੰਦੀਆਂ ਨੇ? ਬੱਕਰਾ ਕਿੱਥੇ ਲੈ ਕੇ ਜਾਣਾ ਪੀਰ ਕੋਲ? ਅੱਛਾ, ਉਹ ਮਾੜਾ ਪੈਸੇ ਕਿੱਥੇ ਦੇਣੇ ਪੀਰ ਨੂੰ? ਉਹ ਮਾਂ ਬਾਪ ਨੂੰ ਕੋਈ ਦਿੱਤੇ ਹੀ? ਲੋਕ ਉਹ ਕੰਮ ਕਰਦੇ ਨੇ ਜਿਹੜੇ ਇਹਨਾਂ ਨੂੰ ਰੱਬ ਨੇ ਪੁੱਛਣਾ ਹੀ ਨਹੀਂ। ਰੱਬ ਨੇ ਪੁੱਛਣਾ ਉਸ ਤੇ ਗਿਆ ਸੰਗ ਨਹੀਂ? ਰੱਬ ਨੇ ਪੁੱਛਣਾ ਤੈਨੂੰ ਕਬਰ ਤੇ ਗਿਆ ਸੰਗ ਨਹੀਂ? ਰੱਬ ਨੇ ਤੈਨੂੰ ਪੁੱਛਣਾ ਬੈ ਤੂੰ ਹੈ ਕਿ ਨਹੀਂ? ਮੈਂ ਝੂਠ ਬੋਲਾਂ? ਮੋਰੀਅਮ ਨੂੰ ਡੱਕੋ।
پہلے فر میرا مطلب یہ نہیں میں شرکو چی جانا مزاراں تے جانا عرساں تے جانا اللہ دا ولی بد اللہ دے ولی دا بدب بدبخت بد نصیب ہے اولی اللہ دا احترام اہل سنت دا عقیدہ الحمدللہ مگر گل پیا کرنا جڑے رب نے کام پوچھنے دیکھو نا میری بات سنو میں تقریر پیا کرنا زور میں نہیں فجر میں نہیں پڑھی زور میں نہیں پڑھی عصر میں نہیں پڑھی مغرب میں نہیں پڑھی عشاء میں نہیں پڑھی کیا نماز جلسے دے بعد میں نفل پڑھن لگ پواں قبول نے بولو کیوں میں نفل پہ پڑھنا ہاں میرے بیڑیو کہن دا مقصد اے وے اولی اللہ کول جاؤ بیعت کرو دعاواں کراؤ پر ماں باپ دی خدمت فرض ہے پہلا فرض پورے کرو پہلے مرشد نہیں ہوندا پہلے والدین اے کبیرہ گناہ اے نبی بے ادبی کبیرہ گناہ لیلۃ القدر تے شب قدر جدو اللہ دی رحمت آوازا دیندی ہے نا منگ لے اودوں وی اودی دعا قبول نہیں ہوندی جڑا ماں باپ دا بے ادب تے گستاخ ہوے ادھے اُتے یار میں کی بیان کراں میں زمنن باتاں تبلیغ کرنا پیا کہ حضور دے ہتھے بیعت کیتی ہے علماء کرام تشریف فرما نے بولو حضرت الکمر رضی اللہ تعالیٰ نے حضور دے مگر نمازاں پڑھدا رہا ہے حضور دے ہتھے بیعت کیتی ہے اور کتاباں چ ہوندا ہے کہ وہ جنازے چ وی جاندے سن مسافراں نوں روٹی وی کھواندے سن بیمار پرسیاں وی کردے سن خیرات وی کردے سن ماں آخری ویلا آ گیا ہے تے زبان تے کلمہ جاری نہیں ہو رہا سرکار بھی بارگاہ جز کیتی سرکار خود آئے پوچھا کی گل ہے جی کار حضرت سینا بلال نے بھیجا لمبی گل ہے انہیں کہ وہ ہاں ایک گل ہے دی ماں ہے تے ناراض ماں حضور تے اشارہ کرن تے درخت ٹر کے آ جاندے نے پتھر بولدے نے مگر حضور نے اشارہ نہیں کیتا کہ قیامت تک لوکاں نوں پتہ لگ جائے تے ماں باپ دا بدب ہوے اللہ رسول دی کرم نہیں کردے ماں معاف کیتا ہے کلمہ جاری ہویا ہے وصال ہو گیا ہے آپ نے نماز پڑھائی ہے نماز پڑھا کے آپ نے کی فرمایا ہے صحابہ سن لو جڑا ماں دا گستاخ ہویا ماں باپ ناراض ہو گئے انہوں مردیاں کلمہ نصیب نہیں ہونا ہے صحابہ دی گل جے تہاڈی میری نہیں پاگل کر چھڑیا سیپیاں مولویاں تے سیپیاں شاعراں تے سیپیاں ناز خان نہ انہاں اپنا ککھ چھڑیا تے نہ انہاں دا کوئی چھڑیا جنہوں سنایا نے جی ادھر تکی بیان کراں حضور صلی اللہ علیہ وسلم فرماندے نے میں نماز پڑھدا ہوں تے میری ماں مینوں آواز مارے میں نماز چھڑ کے اپنی ماں کو آیا مشکات دی حدیث سے دیگر حدیثاں وی ہوندا ہے عرض کیتی کملی والے آ کی پتہ لگدا رب کتے راضی ہے فرمایا پتہ کرو جی دا باپ راضی ہو تے رب راضی ہے کیا مشکات دی حدیث ہے کہ نہیں ہے اتنے عجیب جہاں انہیں شیر جوڑے نے تسی پیسے سٹن لگ پہ ہو جنہاں دے پیر رس جاندے او جوں دے وی مرے رے ماں پے بھاویں تکے کھان ایک میں اور کلام سنیا کتے سی گئے ملتان روڈ سی اتے ایک ناتھ خان درباری سی وہ وڈا تے نال ایک چھوٹا رل کے پڑھدے سن انہیں اڈیاں چکیاں تے وہ منہ کھڑا کیتا میرے پیر دی جتی چیکے جویں چڑیاں بولن پار دیاں نی سی ونگاں چڑھاون چلیے پیر سنے دربار دیاں میں کچھ کھٹیاں تے کچھ رتیاں وچ ساویاں ڈلکاں مار دیاں میں پی گیا پیسے تسی مینوں آکھو شاہ جی کیوں کی کر دیا پا تسی میں گلی گلی کہنا پیا خبردار غیر شرع نو اسی کوئی نہیں مندے جاہل اسی کوئی نہیں مندے شریعت پابند نہ ہوئے ساڈا مرشد تے پیر نہیں کسے جاہل دی گل کر کے اولیاء اللہ دی توہین مت کرو ساڈے پیر تے مرشد اولے جڑے مدینے والے دے رنگ چ رنگے ہوئے نے نعم
میری آل حضرت کی فرمایا تسی بھی کسے خدا واسطے جاؤ نا پہلا ویکھ لیا کرو یہی ہے اگ کھائے ہوا چٹ کے آئے پانی تے ٹر کے آئے حضور دی شریعت دے عمل نہیں کردا ساڈا تے کوئی اہل سنت ہے ہی نہیں اودی بیعت کرنی نہیں چاہی دی اسی تے بھائی ساڈے پتہ کڑے نے جس کی ہر ہر ادا سنت مصطفیٰ اے جے ساڈے مرشد اے جے ساڈے پیر جس کی ہر ہر ادا سنت مصطفیٰ ایسے پیرے طریقت پہ جڑے بول دیو نا پے او تین واری بولو جڑے نہیں بول دے چپ کر جاؤ ایسے پیرے ایک واری پھر بولو ایسے پیرے مینو تے سمجھ آئی یہ نہیں آئی کہ پیر لفظ کیڑا ہے عزت والا ہے پیر دا معنی کی ہوئے بڈھا پنجابی چ بڈھا تے بزرگ آخ لو سیدنا وا مولانا پیر محمد رسول اللہ پڑھ دیو مولانا محمد رسول اللہ پڑھ دیو بس اشارے کافی ہونے اس پاسے نہ لگا رہا ہاں اللہ پاک اولیاء اللہ دا احترام کرن دی توفیق دے ورو اللہ نے دوویں چیزاں بیان کیتیاں نے ادی نہ پڑھیا کرو ایت اللہ ان اولیاء اللہ لا خوف علیہم ولا هم يحزنون الذين آمنوا وكانوا يتقون اللہ نے نشانی بھی دوویں بیان کیتیاں نہ کوئی بدبی کر کے بیڑا غرق کر لے تے نہ کسی فراڈی جڑے چڑھ کے بیڑا غرق کر لے تو میں رس کر لگا سورت بھی سونی تے سیرت بھی سرکار کدھر جا رہے نے مسجد شریف وال کی لین جماعت کران ابھی انہوں کی بیعت ہوئی دعا بھی نہیں منگتے صحیح میں قسم چکن تیار ہوں مسیتے بیٹھا بابو جی ہیں یا اللہ تیرے رب دا واسطے اللہ تیرے رب دا واسطے میں کنی دعا سنی وچ بیٹھے ہاں یا اللہ اگلی بھی سن لے فقیر کنوں آنا یہ بھی اثر رول دیتا لفظ ایک دو منٹ یار میں لا لیں اتنے جہاں منگنا ہے فقیر آ گیا کدی فقیر بھی منگے ہیں جہاں نہائے نا وہ بھی فقیر وہ گندا ہے نہانا صاف ستھرنا ناخن کٹانے وال کٹانے کپڑے دھوپے پانے جسم کپڑے لباس صاف رکھنے تو دین ہے تو مجذوب کی گل میں کرتا نہیں پیا مجذوب کی گل میں کئی کمرے کو لگے پھر دینے کئی تو انج انج کرتے لوگ سانو آخر بڑا سادہ بندہ جی درویش جہاں بندہ ساڈا مولوی چاہے دا کپڑا پاندا ہی نہیں ایک تمبے تھلے کر چڑھ دینا ایک پونج اتوں کر چڑھ دینا چاہیے کپڑے نہیں پاندے حالانکہ غوث پاک دا ایڈا قیمتی جبا سی چور مگر لگ گیا یہ کملے ہوں تو کنے چکن جانا سی کپڑے وکری پی ہے کئی چو ستاں گز کا ساڑھے ستاں گز کا سوٹ بنتا وہ تیرہ گز والی پھرتے ہیں بےکو ود دو سو والا فخر کی ہے مینو فضل تیرے دی آس کریم مینو فضل تیرے دی آس کریم مینو میں
فضل تیرے دیا سکری ماں تے ہور غرور نہ کوئی ہور غرور نہ کوئی اللہ ہو مینوں جی دینے دے کٹے رکھ جان نہیں گل میں غلط کی سو دیا پرچیاں لے کے بھی انج کر تو کٹے جاؤ رکھ جانا جی نہیں دیر کرتا تو میں کہ منگنا پیا میں وہ راضی ہاں سنیا جا تقریر میری سنے گا مینو فضل تیرے دی کچھ نہیں میرے پلے جے ویکھاں تیرے فضلاں بلے 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 بدل کرے تے تھر تھر کمبن اچیاں شان والے فضل کرے تے بخشے جامن میں ورگے مینو فضل تیرے دی یا شکری ایمان میں بابے فرید کلام سنو میاں محمد بخش آلہ شیر ربانی ہوں بابا فرید گنج شکرام تلدار کالے میرے کپڑے آئی فکر کالے میرے کپڑے اوئے کالے میرے کالے میرے کپڑے تے کالا میرا ویس چکر بڑیا میں پھراں لوگ کہن دروے اٹھ فریدا ستیا اٹھ فریدا ستیا وقت ابو الوسیلہ دنیا ویکھن جا جے کوئی مل جائے بخشیا ہویا تو بخشیا جا مینو فضل تیرے دی پی سید بلے شاہ رحمت اللہ بولتے سی القابا نہیں دبے مینو بھی آدھے پیرے طریقت حالانکہ میرے جو کوئی گل بات ہی کوئی نہیں میں تو نولی اللہ کے نوکر ہائے سید بولے جاندا کی جانا میں کون کی جانا میں کون اے بولیا چل بلیا ہوں اتھے وسیے جتے دیون سارے آنے نہ کوئی ساڈی ذات پچھانے نہ کوئی سالو ملے مینوں فضل تیرے دی آس کری ضرور نہ کوئی
ਸਰਕਾਰ ਕਿਧਰ ਜਾ ਰਹੇ ਨੇ? ਸੂਰਤ ਵੀ ਸੋਹਣੀ ਤੇ ਸੀਰਤ ਵੀ ਅਸੀਂ ਤੇ ਕੀ ਲੈਣ ਚੱਲੇ ਨੇ? ਤੇ ਵੇਖਿਆ ਇੱਕ 12-14 ਸਾਲਾਂ 15 ਦਾ ਮੁੰਡਾ, ਇਹ ਦੀਵਾਰ ਇਹਨਾਂ ਦੇ ਨਾਲ ਸਿਰ ਲਾ ਕੇ ਜਿਵੇਂ ਹੋਕੇ ਲੋਕ, ਏ ਸੋਹਣਿਆ ਤੇਰੀ ਸੂਰਤ ਵੀ ਬੇਮਿਸਾਲ, ਕਦੀ ਲੋਕ ਈਦ ਦਾ ਇਕੱਠ ਹੋਵੇ ਤੇ ਸਰਕਾਰ ਇੱਕ ਮੁੰਡੇ ਨੂੰ ਮੋਢੇ 'ਤੇ ਚੁੱਕ ਕੇ ਖਲੋਤੇ, ਲੋਕਾਂ ਸਮਝਿਆ ਕਿ ਇਹ ਹਸਨੈਨ ਪਾਕ ਵਿੱਚੋਂ ਕੋਈ, ਹਜ਼ੂਰ ਤਸ਼ਰੀਫ ਲਿਆਓ, ਫਰਮਾਇਆ ਰੋਂਦਿਆ ਪਿਆ, ਵੇਖਿਆ ਤਾਂ ਯਤੀਮ ਸੀ, ਹਜ਼ੂਰ ਈਦ ਦੀ ਨਮਾਜ਼ ਫਰਮਾਇਆ, ਜਿੰਨਾ ਚਿਰ ਇਹਨੂੰ ਖੁਸ਼ ਨਾ ਕੀਤਾ ਜੀ ਈਦ ਨਹੀਂ ਪੜ੍ਹਨੀ। ਸੂਰਤ ਵੀ ਸੋਹਣੀ ਅਤੇ ਸੀਰਤ ਵੀ, ਅੱਜ ਮਸਜਿਦ ਗੈਰ ਦੇ ਬੱਚਾ ਆਪਣੇ ਨਾ ਐਂ ਵੇਖੋ ਨਾ, ਮੇਰੇ ਐਂ ਕਰਕੇ ਹੱਥ ਰੱਖਿਆ, ਉਹਦਾ ਕੰਧ ਵਾਲ ਮੂੰਹ ਕਿਉਂ ਰੋਣਾ ਪਿਆ? ਪਤਾ ਨਹੀਂ ਉਹ ਜਾਣੇ ਜਾਂ ਸਰਕਾਰ ਜਾਣਨ, ਇੰਨਾ ਪਤਾ ਹੈ ਕਿ ਉਹ ਪੈਰਾਂ 'ਤੇ ਡਿੱਗ ਕੇ ਚੀਖਾਂ ਮਾਰਨ ਲੱਗ ਪਿਆ। ਅਤੇ ਸਰਕਾਰ ਨੇ ਫਰਮਾਇਆ ਰੋਂਦਾ ਕਿਉਂ ਹੈ? ਮੈਂ ਤਾਂ ਤੈਨੂੰ ਪਿਆਰ ਨਾਲ ਪੁੱਛਿਆ, ਕੋਈ ਝਿੜਕਿਆ ਨਹੀਂ, ਕੋਈ ਮਾਰਿਆ ਨਹੀਂ। ਕਹਿੰਦਾ ਪੁੱਛਣ ਵਾਲਿਆ ਰੋਣਾ ਵੀ ਤਾਂ ਹੀ ਆ, ਮੈਨੂੰ ਇੰਝ ਪਿਆਰ ਨਾਲ ਕਦੀ ਕਿਸੇ ਪੁੱਛਿਆ ਹੀ ਨਹੀਂ। ਅਸੀਂ ਤਾਂ ਗੁਲਾਮ ਹਾਂ, ਜ਼ਰ ਖਰੀਦ, ਸਾਡਾ ਤਾਂ ਲੋਕ ਨਾਮ ਹੀ ਸਿੱਧਾ ਨਹੀਂ ਸੱਦੇ। ਗਰੀਬ ਦਾ ਨਾਮ ਮੁਹੰਮਦ ਰਫੀਕ ਹੋਵੇ, ਇਹਦੇ ਵੀ ਆਉਂਦੇ ਨੇ ਫੀਕੂ, ਮੁਹੰਮਦ ਸਾਦਕ ਨਾਮ ਹੈ, ਸਾਧੂ ਆਉਂਦੇ ਨੇ, ਅੱਛੂ ਆਉਂਦੇ ਨੇ, ਮੁਹੰਮਦ ਅਸਲਮ ਨੂੰ ਭੈੜੀ ਆਦਤ ਹੈ। ਅੱਲਾ ਦੀ ਕਸਮ ਚੁੱਕਿਆ ਨਾ, ਮੇਰੇ ਨਬੀ ਕਰੀਮ ਸੱਲਾ ਸਲਮ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਆਏ। ਮਜਬੂਰੀ ਹੋਵੇ, ਅਲੈਦਾ ਬਾਤ ਹੈ, ਥਾਂ ਥੋੜ੍ਹੀ ਹੋਵੇ, ਅਲੈਦਾ ਬਾਤ ਹੈ, ਮਿੰਬਰ ਸ਼ਰੀਫ ਇਹ ਸੁਨਤ ਹੈ, ਬਹਿ ਕੇ ਵਾਸ ਕਰਨਾ ਜਿਵੇਂ ਅਸੀਂ ਬੈਠੇ ਹਾਂ, ਇਹ ਅਲੈਦਾ। ਆਮ ਦੁਨੀਆਦਾਰੀ 'ਚ ਕਿਸੇ ਨੂੰ ਹਕੀਰ ਸਮਝ ਕੇ, ਮਤਲਬ ਮੇਰਾ ਇਹ ਵੇ ਆਪਣੇ ਆਪ ਨੂੰ ਆਲਾ ਅਤੇ ਅਫਜ਼ਲ ਸਮਝ ਕੇ ਉਹਨੂੰ ਥੱਲੇ ਬਹਿਣਾ, ਆਪ ਅਫਜ਼ਲ ਬਣਨ ਵਾਸਤੇ, ਇੱਜ਼ਤ ਵਾਲਾ ਬਣਨ ਵਾਸਤੇ, ਇਹ ਚੀਜ਼ਾਂ ਜ਼ਰੂਰ ਹੀ ਮਨਾ ਫਰਮਾਈਆਂ। ਮਜਬੂਰੀ ਹੋਏ ਤਾਂ ਲੈ ਲਾ, ਮਜਬੂਰੀ ਹੋਏ। ਮੈਂ ਇੱਥੋਂ ਤੱਕ ਬਿਆਨ ਕਰ ਦੇਣਾ, ਸੁਣ ਲਓ। ਇੱਕ ਵੇਲਾ ਆਇਆ ਸੀ ਕਿ ਕਾਫਰ ਆਖਿਆ ਸੀ ਜਾਣੇ ਤਾਂ ਵਾਂ ਜੇ ਵੱਖਰਾ ਟਾਈਮ ਦੇਵੇ ਜੀ ਹੈ, ਅਤੇ ਰੱਬ ਨੇ ਕੀ ਫਰਮਾਇਆ? ਸੁਣਿਆ ਗਰੀਬਾਂ ਦਾ ਦਿਲ ਇਹ ਨਹੀਂ ਆਉਂਦੇ ਦਮਕਾ, ਸੱਕਾ ਚਾਚਾ ਅਬੂ ਜਾਲ ਅਤੇ ਅਬੂ ਲਾਭ ਆਕੜ ਚ ਰਿਹਾ, ਜ਼ਲੀਲ ਹੋ ਗਿਆ, ਜਿਹੜਾ ਕਦਮੀ ਲੱਗ ਗਿਆ, ਆਜ਼ੀ 'ਚ ਆ ਗਿਆ, ਦੁਨੀਆ ਵੇਖਿਆ, ਫਿਰ ਕਾਬੇ ਦੀ ਛੱਤ 'ਤੇ ਖਲੋ ਕੇ ਬਿਲਾਲ ਪਿਆ ਗਾ, ਕੀ ਗੱਲ ਹੈ, ਕਿਉਂ ਰੋਣਾ? ਅੱਜ ਕਰਦਾ ਪੁੱਛਣ ਵਾਲਿਆ, ਮੈਂ ਨੌਕਰ ਆਜ਼ਾਦ ਖਰੀਦ ਗੁਲਾਮ ਹਾਂ, ਮੇਰੇ ਕੋਲ ਪੈਸੇ ਸਨ, ਪਤਾ ਨਹੀਂ ਡਿੱਗ ਪਏ ਨੇ, ਕਿਤੇ ਕੱਢ ਲੈਣੇ। ਮਾਲਕ ਬੜਾ ਸਖਤ ਹੈ, ਬੜਾ ਡਾਡਾ, ਗਲ ਗਲ ਤੋਂ ਮਾਰਦਾ, ਛਿੜਕਦਾ ਹੈ, ਮੈਂ ਡਰਨਾ ਪਿਆ, ਮੈਨੂੰ ਗਰੀਬ ਨੂੰ ਕਿੰਨੇ ਦੇਣੇ ਨੇ? ਗਰੀਬ ਨੂੰ ਤੁਸੀਂ ਕਰਜ਼ਾ ਵੀ ਨਹੀਂ ਦਿੰਦੇ, ਕੋਈ 10 ਰੁਪਏ 20 ਰੁਪਏ, 2 ਲੱਖ ਰੁਪਈਆ ਲੈਣਾ ਹੋਵੇ ਨਾ ਕਿਸੇ ਚੋਰੀ ਸਾਹਿਬ ਕੋਲੋਂ, ਕੋਈ ਵੱਡੇ ਪੀਰ ਸਾਹਿਬ ਕੋਲੋਂ, ਸੇਠ ਸਾਹਿਬ ਕੋਲੋਂ, ਕਿਸੇ ਸ਼ਾਹ ਸਾਹਿਬ ਕੋਲੋਂ, ਅਤੇ ਉਹ ਭਾਵੇਂ ਉਂਝ ਹੀ ਮੇਰੇ ਵਰਗਾ ਆਉਂਦਾ, ਉਹ ਯਾਰ ਉਹ ਥੋੜ੍ਹੇ ਜਿਹਾ ਪੈਸੇ ਦੇਣ ਲੈ 10, ਮੈਂ ਫਿਰ ਭੁੱਲਾਂ ਆਉਂ। ਨਾਲ ਦੇ ਪੁੱਛਣਾ ਸ਼ਾਹ ਜੀ ਕੀ, ਉਹ ਐਵੇਂ ਥੋੜ੍ਹੇ ਜਿਹਾ ਪੈਸੇ, 3 ਲੱਖ ਰੁਪਈਆ ਸੀ, ਅਤੇ ਮੈਂ ਆਖਿਆ ਚਲੋ, ਅਤੇ ਲੈ ਇਹਨੂੰ ਵੀ 6 ਮਹੀਨੇ ਲੰਘੇ ਹੋਣੇ, ਲੈ ਮੈਂ ਜਦੋਂ ਉਹਨੂੰ ਬੋਲੇ, ਅਤੇ ਦੇਣ ਵਾਲਾ ਬੰਦਾ ਉਹ ਕੌਣ ਨਹੀਂ ਸ਼ਾਹ ਜੀ, ਕਹਿ ਥੋੜ੍ਹਾ ਘਰ ਹੀ ਪੈ ਰਹੇ ਨਾ, ਉੱਥੇ ਇਹ ਮੈਂ ਕਹਿ ਦਿੱਤਾ। ਮੁਹੱਲਿਓਂ ਬੰਦਾ ਆ ਗਿਆ, ਸ਼ਾਹ ਜੀ ਸਾਡੇ ਘਰ ਪ੍ਰਾਹੁਣੇ ਆ ਗਿਆ ਨੇ ਹਾਂਡੀ ਜੋ ਕਿ ਪੈਸੇ 200 ਦੇ ਦਿਓ, 15 ਮਿੰਟ ਮੈਂ ਬੇਇੱਜ਼ਤੀ ਕਰਨੀ ਹੋਇਆ, ਅੱਗੇ ਵੀ 100 ਲੈ ਗਿਆ, ਕਿਤੇ 1 ਮਹੀਨੇ ਬਾਅਦ ਦਿੱਤਾ ਸੀ, ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ? ਦੂਜੇ ਦਿਨ 200 ਦਿਓ, 2 ਦਿਓ, ਕੀ ਲੈਣਾ ਹੈ? ਸ਼ਾਹ ਜੀ ਪੈਸੇ ਚਾਹੀਦੇ ਨੇ, ਮੇਰਾ ਬੱਚਾ ਬਿਮਾਰ ਹੈ, ਮੈਂ ਦਵਾਈ ਲੈਣੀ ਹੈ, ਮੇਰੇ ਮੁੰਡੇ ਨੂੰ ਫੀਸ ਲਈ ਸਕੂਲ ਕੱਢ ਦੇਣਗੇ, ਰੋਂਦਾ ਪਿਆ ਪਹਿਨ ਕੋਨੀ ਸੂ। 3600 ਗੱਲਾਂ ਮੇਰੇ ਵਰਗੇ ਕਰਦੇ, ਤੁਸੀਂ ਤਾਂ ਬੜੇ ਚੰਗੇ ਲੋਕ ਬੈਠੇ ਹੋ। ਮੇਰੇ ਨਬੀ ਪਾਕ ਸਲ ਫਰਮਾਇਆ, ਸਦਕੇ ਜਾਵਾਂ ਮੈਂ ਉਹਦੀ ਸ਼ਾਨ ਤੋਂ, ਸਾਹਬਾ 'ਚ ਬਹਿ ਕੇ ਸਰਕਾਰ ਜੀ ਦਾ ਤਜ਼ਕਰਾ ਕਰਦੇ ਨੇ ਪੈ,
ਫਰਮਾਉਂਦੇ ਨੇ ਇੱਕ ਬੰਦਾ ਦੁਕਾਨਦਾਰ ਸੀ, ਗਰੀਬਾਂ ਨੂੰ ਔਖੇ ਵੇਲੇ ਸੌਦਾ ਦੇ ਛੱਡਦਾ ਸੀ, ਤੰਗ ਨਹੀਂ ਸੀ ਕਰਦਾ, ਜਿਵੇਂ ਜਿਵੇਂ ਹੌਲੀ ਹੌਲੀ ਦਿੰਦੇ ਸਨ ਨਾ ਉਵੇਂ ਉਵੇਂ ਲੈ ਲੈਂਦਾ ਸੀ। ਅੱਲਾਹ ਉਹਦੇ ਫਰੈਜ਼ ਵੀ ਪੂਰੇ ਨਹੀਂ ਸਨ, ਅੱਲਾਹ ਪਾਕ ਨੇ ਇਸ ਅਮਲ ਦਾ ਸਦਕਾ ਉਹਨੂੰ ਮਾਫ਼ ਕਰ ਛੱਡਿਆ। ਭੈੜੇ ਕੁੱਤੀ ਨੂੰ ਪਾਣੀ ਪਿਆਈਏ, ਅਸੀਂ ਦਿੰਦੇ ਉਹਨੂੰ ਜਾ ਕੇ ਜਿਹੜੇ ਅਰਬਪਤੀ ਨੇ, ਕਰੋੜਾਪਤੀ। ਅੱਛਾ ਕਿਤੇ ਅਦਾਰਾ ਚੱਲਦਾ ਕਿਸੇ ਦੇ, ਹਸਪਤਾਲ ਚੱਲਦਾ, ਉਹਨੂੰ ਤਾਂ ਦਿਓ, ਆ ਕੇ ਆਇਆ ਹੱਥ ਤਾਂ ਕਰੀ ਖਾਲੀ ਦੇਣੇ ਹੋਣੀ ਇੱਥੋਂ ਤੂੰ ਆ ਗਿਆ। ਇਹ ਕਾਹਦੇ ਦਿੱਤੇ ਨੇ, ਹਸਪਤਾਲ ਚਲਾਉਂਦੇ ਨੇ, ਅਦਾਰਾ ਚਲਾਉਂਦੇ ਨੇ, ਉੱਥੇ ਤਾਂ ਦੇਣੇ ਚਾਹੀਦੇ ਨੇ। ਅਤੇ ਬਾਕੀ 50% ਅਲਾਮਾ ਮੁਤੀਉੱਲਾ ਸਾਹਿਬ ਤੁਹਾਡੇ ਵਾਲੀ ਗੱਲ ਹੈ, 50% 70 ਸਾਲ ਹੋ ਗਏ ਇਸ ਮੁਲਕ ਨੂੰ ਬਣਿਆ, 50% ਹਰ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਕਾਮਯਾਬ ਹੁੰਦੇ ਨੇ ਉਹ ਪੀਰਾਂ ਦੇ ਪੁੱਤਰ ਹੁੰਦੇ ਨੇ। ਸ਼ੱਕ ਸਾਫ ਕਰ ਲਓ, ਤੁਹਾਡਾ ਵਜ਼ੀਰ ਆਜ਼ਮ ਜਿਹੜਾ ਬਣਿਆ ਸੀ ਨਾ, ਉਹ ਵੀ ਮੂਸਾ ਪਾਕ ਸ਼ਹੀਦ ਦਾ ਸਿਰਦਾ ਨਹੀਂ ਸੀ। ਸੋਚਿਆ ਤਾਂ ਕਰ, ਕਾਹਦੇ ਪੈ ਦਿੰਦੇ ਗਰੀਬ ਨੇ, ਉਹਨੂੰ ਦੇ ਪਤਾ ਕਰਕੇ ਆ, ਜਿਹਨੂੰ ਅੱਜ ਦਿਹਾੜੀ ਨਹੀਂ ਲੱਭੀ, ਜਿਹਦਾ ਕੋਈ ਬਿਮਾਰ ਹੈ, ਕੋਈ ਬੱਚਾ ਸਕੂਲੇ ਨਹੀਂ ਜਾ ਸਕਿਆ, ਉਹ ਬੇਟੀ ਨੂੰ ਵੇਖ ਜਿਹੜੀ ਇਸ ਵਾਸਤੇ ਬੈਠੀ ਹੈ, ਜਾਂ ਯਤੀਮ ਹੈ, ਜਾਂ ਪਿਓ ਗਰੀਬ ਹੈ, ਜਾਂ ਭਰਾ ਉਹਨੂੰ ਵੇਖ, ਉਹਨੂੰ ਅਗਾਂਹ ਜਾ ਹਾਂ, ਮੈਂ ਇੱਥੇ ਲਿਖ ਕੇ ਦੇਣਾ ਉਲਮਾਏ ਕਰਾਮ ਵਿੱਚ, ਤਾਈਦ ਕਰਾਂਗੇ ਰੱਬ ਦੀਆਂ ਰਹਿਮਤਾਂ ਤੇਰੇ ਘਰ ਡੇਰਾ ਨਾ ਲਾਇਆ ਤੇ ਤਾਂ ਆਖੀ ਕਰ। ਵੋ ਨਬੀਓ ਮੇ ਰਹਿਮਤ ਲਕਬ ਪਾਣੇ ਵਾਲੇ, ਸੁਣਿਆ ਤੇਰੇ ਜ਼ਿਕਰ ਤੋਂ ਸਦਕੇ ਨਾਲ ਨਾਲ ਠੰਡ ਪੈਂਦੀ ਰਹਿੰਦੀ ਹੈ। ਵੋ ਨਬੀਓ ਮੇ ਰਹਿਮਤ ਲਕਬ ਪਾਣੇ ਵਾਲੇ, ਵੋ ਆਪਣੇ ਪਰਾਏ ਕਦਮ ਖਾਣੇ ਵਾਲੇ, ਮੁਸੀਬਤ ਮੇ ਗੈਰੋਂ ਕੇ ਕਾਮ ਆਨੇ ਵਾਲੇ। ਹਜ਼ੂਰ ਦੇ ਨਾਂ ਤੇ ਹੱਥ ਚੁੱਕਣਾ, ਮਦੀਨੇ ਵਾਲੇ ਦੇ ਨਾਂ ਤੇ ਹੱਥ ਚੁੱਕਣਾ, ਤਿੰਨ ਵਾਰੀ ਆਖਣੀ ਬੜੀ ਸ਼ਾਨ ਵਾਲੇ, ਆਕਾ ਹਮਾਰੇ, ਨਾ ਹੱਥ ਥੱਲੇ ਕਰ, ਨਾ ਹੱਥ ਥੱਲੇ ਕਰ, ਨਾ ਜ਼ੋਰ ਕੱਢ ਲਾ, ਹਜ਼ੂਰ ਦੇ ਨਾਂ ਤੇ ਨੌਜਵਾਨਾਂ ਦਾ ਟਿਲ ਲਾ ਦੇ, ਸ਼ਾਨ ਵਾਲੇ ਆਕਾ ਹਮਾਰੇ, ਆਕਾ ਹਮਾਰੇ, ਪਰੇਸ਼ਾਨ ਵਾਲੇ, ਆਕਾ ਹਮਾਰੇ, ਪਰੇਸ਼ਾਨ ਵਾਲੇ, ਆਕਾ ਹਮਾਰੇ, ਪਰੇਸ਼ਾਨ ਵਾਲੇ, ਪਰੇਸ਼ਾਨ ਵਾਲੇ। ਫਰਮਾ ਲੈ ਫੜ, ਨਮਾਜ਼ ਪੜ੍ਹਾ ਗਿਆ ਤੇ ਸੌਦਾ ਪੜ ਕੇ ਖਲੋਤਾ। ਪੈਸੇ ਦੇਣ ਵਾਲਿਆ ਕਦੀ ਘਰ ਛੱਡਣ ਜਾਏ ਨਾ, ਲੇਟ ਹੋ ਗਿਆ ਵਾ ਮੈਂ ਮਾਰ ਤੋਂ ਬਚ ਜਾਂਗਾ, ਮੈਂ ਇੰਝ ਬਚਣਾ ਮੈਂ ਤੈਨੂੰ ਜ਼ਰੂਰ ਛੱਡਣ ਜਾਵਾਂਗਾ। ਮੈਂ ਤੇ ਕਈ ਰਾਂ ਨੂੰ ਉਹ ਵੀ ਪਈ ਨਵਾਂ ਸੋਹਣਿਆ, ਤੇਰੇ ਬੂਹੇ ਤੇ ਬੁਰਾਕ ਖਲੋਤਾ ਵੇਖਾਂ, 70-70 ਹਜ਼ਾਰ ਦੇ ਜਲੂਸ ਵੇਖਾਂ, ਜਬਰੀਲ ਤਲੀਆਂ ਚੁੰਮਦਾ ਵੇਖਾਂ, ਅਰਸ਼ਾਂ ਦਾ ਰਾਹੀ ਵੇਖਾਂ, ਕਿ ਗਰੀਬਾਂ ਨੂੰ ਘਰ ਛੱਡਣ ਜਾਂਦਾ ਵੇਖਾਂ। ਅੱਗੋਂ ਨਿਕਲਿਆ ਯੂਦੀ, ਰਮਾਇਆ ਜ਼ਾਲਮ ਇੰਝ ਤਰਾਂਦੇ ਹੋ, ਇਹਨਾਂ ਨੂੰ ਇੰਝ ਮਾਰਦੇ ਆ, ਤੁਹਾਡੇ ਬੱਚੇ ਨੁਕਸਾਨ ਨਹੀਂ ਕਰ ਸਕਦੇ, ਬੱਚੇ ਦੇ ਰੋ ਕੇ ਪੈਰੀ ਡਿੱਗ ਪਿਆ, ਅਰਜ਼ ਕਰਦਾ ਸੁਣਿਆ ਸੁਣਿਆ ਕੁਝ ਹੋਰ, ਵੇਖਿਆ ਕੁਝ ਹੋਰ, ਅੱਜ ਇਹ ਆਜ਼ਾਦ ਹੋ ਗਿਆ, ਮੈਂ ਤੇਰਾ ਗੁਲਾਮ ਬਣ ਗਿਆ। ਨਿਰੀ ਸੁਭਾਣੇ ਲਾ ਦਿਓ, ਪਹਿਲਾਂ ਇਹ ਵੀ ਕਬੂਲ ਕਰੇ, ਤੇ ਕਦੀ ਕਦੀ ਕੋਈ ਕੰਮ ਕਰ ਲਿਆ ਕਰੋ ਕਿ ਮਦੀਨੇ ਵਾਲੇ ਨੇ ਕੀਤਾ, ਮਿਲਾਦ ਮਨਾਇਆ, ਅੱਲਾ ਕਬੂਲ ਕਰੇ, ਨਮਾਜ਼ ਪੜ੍ਹਦੇ ਹੋ, ਰੋਜ਼ੇ ਰੱਖਦੇ ਹੋ, ਮਾਂ ਬਾਪ ਦੀ ਖਿਦਮਤ ਕਰਦੇ ਹੋ, ਹਰਾਮ ਤੋਂ ਬਚਦੇ ਹੋ,
تھوڑا تھوڑا آسرا کری جاؤ اور رحیم دے کریم لج پالے سبحان اللہ آ کے ٹر جاؤ میں داد لے کے ٹر جا میں بھی عمل نہ کروں تھی بھی نہ کرو پیڑی گل ہے جی میں بیان کرنا تو میرے بیان تا کرنا چاہیے جی میں بھی کرنا پہ تو میں دہاں جی رب نے جڑے آئے نے نیڑے جڑا مکھی برداشت نہیں کرتا دیکھو کتنے میں پہنچ گیا جڑا مکھی برداشت نہیں کرتا جڑا سایہ برداشت نہیں کرتا جڑا پلیت نو بوہا نہیں لنگن دیندا جڑا کلیا ہی انہیں مومنا چے جدی اہل بیت ہر پلیتی جو پاک نے ماں باپ یہ نہیں کہہ سکنا بیت مسکنی یا سکنی ولادت یہی کہہ سکنا اہل بیت تو نہیں کٹ سکتا یہی ونڈ کرے گا نا صحیح سکھ بیٹھا ہے تھک گیا توجہ ہے میرے والے ہاں سنو یہ رب نے ٹورے نے جدو لوکاں نے پتھر مارے تیرے تے میرے آقا دی صورت بھی سونی تے سیرت بھی سونی کوئی محب گوارا نہیں کرتا جی محبوب نے پتھر مارے جان کوئی محب گوارا نہیں کرتا جی محبوب نے ستایا جائے فرمایا سنیا تو تے خلق عظیم دا بادشاہ اللہ میں انتظام کر لگا وا اللہ پاک نے قرآن کریم اندر ارشاد فرمایا هو الذی ایدک بنصرہ بالمؤمنین اللہ فرماندا ہے میں اپنے محبوب دی مدد کیتی هو الذی ایدک بنصرہ مدد کیتی کنہاں نال مومناں نال اے مڑ کنے ٹورے نے اے پسند کیدی اے جنو اللہ پسند کرے بیلیا وہ خلاف نہ ہو جا تینوں غلطی لگ سکتی ہے جنو اللہ پسند کرے وہ شک نہیں ہو سکتا بلکہ اللہ نے گارنٹی بیان کی تھی اللہ فرماتا ہے یا ایھا النبی حسبک اللہ ومن اتبعک من المؤمنین النبی المخرج النبی الظاہر غیب دیاں خبراں دین والیا غیب دیاں خبراں لین والیا خبر رکھن والیا سونیاں صفتاں والیا حسبک اللہ تینوں اللہ کافی ہے اجے ایت مکی نہیں اللہ ہی کافی ہے اگے وی وامن تاباک من المؤمنین سونے تینو اللہ بھی کافی ہے اللہ کافی ہے تے آ جڑے مومن جڑے تیرے تابے اللہ دی قسم پج کے فتوا نہیں لانا چاہیے ویکھ جی لگتا کتنے غیر اللہ کو مدد منگنی شرک اچھا جی اللہ کی فرمانا پیا میں هو الذی ایدک بنصرہ وبالمؤمنین اللہ آندا میں مومنا کو مدد کرائی اللہ دے غیر اللہ کو آپ مدد کراندا یا ایو نبی حسبک اللہ ومن اتباک من المؤمنین اللہ وعدہ لیا ہوتے وعدہ خد اللہ میثاق النبیین لما آتیتکم من کتاب و حکمہ ثم جاکم رسول مصدق لما معکم لتؤمنن به ولتنصرن پر غلطی لگ گئی بڑی توجہ چاہنا اے مسئلہ انجے بے لیو جے تے کسے نو اللہ تو علاوہ اللہ سمجھ کے منگیے تے پھر شرک ہے اللہ تو علاوہ کسے نو اللہ سمجھ کے منگاں گے تے شرک ہے کیونکہ اللہ تو علاوہ کو اللہ تے جے آکھی اللہ دے دتے جو دے پھر شرک ہے
ਤੂੰ ਵੀ ਮੰਗ ਲੈਂਦਾ, ਮੈਂ ਵੀ ਮੰਗ ਲੈਂਦਾ, ਤੂੰ ਜਨਾਦੇ ਪੜ੍ਹਾ ਕੇ ਮੰਗ ਲੈਂਦਾ, ਸ਼ੇਖਾਂ ਕੋਲੋਂ ਮੰਗ ਲੈਂਦਾ, ਮਿੱਲਾਂ ਕੋਲ ਮੰਗਦੇ, ਮੈਂ ਨਹੀਂ ਕਿਤੇ ਫਤਵਾ ਲਾਉਣਾ, ਮੈਂ ਇਹੀ ਆਖਾਂਗਾ ਤੂੰ ਇਹੀ ਆਣ ਅੱਲਾਹ ਦੇ ਦਿੱਤੇ 'ਚ ਦਿਓ, ਅੱਲਾਹ ਦੇ ਦਿੱਤੇ ਬਸ, ਤੂੰ ਉੱਥੋਂ ਮੰਗ ਲੈਂਦੇ, ਅਸੀਂ ਹਜ਼ੂਰ ਕੋਲੋਂ ਮੰਗ ਲੈਂਦੇ, ਸੋਹਣੇ ਅੱਲਾਹ ਦੇ ਦਿੱਤੇ 'ਚ ਦੇ। ਮੈਂ ਸਾਬਾ ਹਜ਼ੂਰ ਦੇ ਬੂਹੇ 'ਤੇ ਆਉਂਦੇ ਰਹੇ, ਕਰਜ਼ਾ ਚੜਿਆ ਹਜ਼ੂਰ ਦੇ ਬੂਹੇ 'ਤੇ ਜੀ, ਰੋਟੀ ਨਹੀਂ ਮਿਲੀ ਹਜ਼ੂਰ ਦੇ ਬੂਹੇ 'ਤੇ, ਬਾਰਿਸ਼ ਨਹੀਂ ਹੋਈ ਹਜ਼ੂਰ ਦੇ ਬੂਹੇ 'ਤੇ, ਉਹ ਬੰਦੇ ਤਾਂ ਕਹਿੰਦੇ ਉੱਠ ਮੇਰੇ ਨਬੀ ਦੇ ਬੂਹੇ 'ਤੇ, ਪਰਿੰਦੇ ਮੇਰੇ ਨਬੀ ਦੇ ਬੂਹੇ 'ਤੇ, ਦਰਿੰਦੇ ਮੇਰੇ ਨਬੀ ਦੇ ਬੂਹੇ 'ਤੇ। ਹੈਂ, ਇਹ ਕਲਾ ਦਾ ਮਸਲਾ ਸ਼ੁਰੂ ਹੋਏਗਾ, ਹੋਰ ਮੈਂ ਇੱਥੇ ਸਟਾਪ ਕਰਨਾ। ਇਹ ਅੱਲਾ ਨੇ ਕੋਈ ਚਵਲ ਬੰਦਾ, ਕੋਈ ਗੰਦਾ, ਕੋਈ ਸ਼ੋਦਾ ਆਪਣੇ ਮਹਿਬੂਬ ਦੇ ਨੇੜੇ ਆਉਣ ਹੀ ਨਹੀਂ ਦਿੱਤਾ। ਗੁਫ਼ਤਗੂ ਮੈਂ ਜ਼ਿਮਨਨ ਇਹਦੇ ਤਬਲੀਗ ਬਾਤਾਂ ਕਰਦਾ ਰਿਹਾ, ਹੁਣ ਅੱਜ ਦੀ ਤਕਰੀਰ ਦੀ ਆਖਰੀ ਬਾਤ ਕਰਨ ਲੱਗਾ, ਅਤੇ ਜਦੋਂ ਵੀ ਮੈਂ ਤੁਹਾਨੂੰ ਯਾਦ ਆਵਾਂਗਾ, ਇਹ ਲਫ਼ਜ਼ ਯਾਦ ਆਉਣਗੇ, ਮੇਰੇ ਵਾਸਤੇ ਦੁਆ ਕਰਿਆ ਜੇ। ਹਜ਼ੂਰ ਇੰਨੇ ਪਾਕ ਨੇ ਪੈਦਾ ਹੋਏ ਨੇ ਫਿਰ ਵੀ ਪਾਕ ਨੇ, ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਲੋਕਾਂ ਨੂੰ ਖੁਰੇ ਕਬਰ ਤੋਂ ਡਰ ਨਹੀਂ ਆਉਂਦਾ, ਮੌਤ ਨਹੀਂ ਯਾਦ, ਸਿਰਫ ਜੀ ਦੀ ਲੱਗੇ ਚੰਦੇ ਦਾ ਘਰੌਲਾ ਜਾਂ ਖੱਲਾਂ ਦਾ, ਇਹ ਮੈਨੂੰ ਨਹੀਂ ਪਤਾ, ਨਾ ਮੈਂ ਕਦੀ ਲਏ ਨਾ ਮੈਨੂੰ ਪਤਾ। ਕੁਝ ਸੋਚੋ ਤਾਂ ਸਹੀ, ਫੈਸਲਾਬਾਦ ਦੀ ਗੱਲ ਹੈ, ਕੁਦਰਤੀ ਮੂੰਹ ਵੀ ਟੁਰ ਗਿਆ ਉੱਥੇ, ਉਹਦੇ ਤਬਲੀਗ ਮੱਛਲੀ ਜੰਨਤ ਮੇਂ ਜਾਏਗੀ। ਮੱਛਲੀ ਮੈਂ ਚੁੱਪ ਕਰ ਸੁਣਦਾ ਰਿਹਾ, ਮੈਂ ਚਲੋ ਟੁਰਨ ਲੱਗੇ, ਮੈਂ ਕਿਹਾ ਹਜ਼ਰਤ ਸਾਹਿਬ ਮੱਛਲੀ ਕਿਤੇ ਇਮਾਮ ਮਸਜਿਦ ਸੀ, ਉਹ ਮੱਛਲੀ ਕਿਤੇ ਦਰਸੇ ਕੁਰਾਨ ਦਿੰਦੀ ਸੀ, ਨਹੀਂ ਨਹੀਂ ਮੈਂ ਕਿਹਾ ਕਿਤੇ ਤਬਲੀਗੀ ਦੌਰੇ 'ਤੇ ਗਈ ਸੀ, ਨਹੀਂ ਉਸ ਕੀ ਨਿਸਬਤ ਹਜ਼ਰਤ ਯੂਨਸ ਅਲੈਹਿ ਸਲਾਮ ਸੇ ਹੈ, ਜਿਸ ਮੱਛੀ ਦੇ ਪੇਟ ਯੂਨਸ ਅਲੈਹਿ ਸਲਾਮ ਹੋਣ ਉਹ ਤਾਂ ਜੰਨਤ ਅੰਦਰ ਜਾਏਗੀ, ਅਤੇ ਜਿਹਦੇ ਬਤਨ 'ਚ ਸਾਰਿਆਂ ਨਬੀਆਂ ਦਾ ਨਬੀ ਹੋਵੇ ਉਹਦਾ ਕੀ ਮਕਾਮ ਹੋਵੇਗਾ। ਰੱਬ ਕੋਲੋਂ ਡਰੋ, ਕੋ ਡਰਨਾ ਚਾਹੀਦਾ ਯਾਰ, ਸਰਕਾਰ ਨੇ ਪੁੱਛਣਾ, ਜੇ ਸਰਕਾਰ ਹੀ ਚਿਹਰਾ ਫੇਰ ਲਿਆ ਤਾਂ ਕਿਸੇ ਨੂੰ ਬਚਾਉਣਾ, ਹਾਂ ਸਹੀ ਗੱਲ ਜੇ, ਪਹਿਲੀ ਬੰਦਾ ਜਦੋਂ ਮਰਦਾ ਪਹਿਲੀ ਮੰਜ਼ਿਲ 'ਤੇ ਕਬਰ ਹੈ, ਤਿੰਨ ਸਵਾਲ ਨੇ ਉੱਥੇ, ਤੇਰਾ ਰੱਬ ਕਿਹੜਾ, ਤੇਰਾ ਦੀਨ ਕਿਹੜਾ, ਅਤੇ ਇਹਦੇ ਮਤਲਬ ਕੀ ਹੋਣਾ, ਇੱਥੋਂ ਲਿੱਤਰਾਂ ਤੋਂ ਬਚ ਗਿਆ ਤਾਂ ਅੱਗੋਂ ਹਿਸਾਬ ਵੀ ਹੋ ਜਾਏਗਾ, ਨਮਾਜ਼ਾਂ ਪੜ੍ਹੀਆਂ ਤੂੰ ਕਹਿੰਦੀ ਜੇ ਸਾਈਆਂ ਇੱਥੇ ਹੀ ਟਾਹ ਲਿਆ ਤਾਂ ਮੈਂ ਕੀ ਕਰਾਂਗੇ, ਨਿੱਕਾ ਜਿਹਾ ਮੁੰਡਾ ਖੜਾ ਕੇ ਸਲਾਣੇ ਜਲਸੇ ਦੇ ਮੁਸੱਲਾ, ਭਾਵੇਂ ਦੋਵੇਂ ਰਲ ਕੇ ਸੁਣਾ, ਦੂਜੇ ਮੁਸਲਦਾਰ ਸੁਣਾਏ ਕੋਈ ਨਾ, ਵੇਖੋ ਜੀ ਨਿੱਕਾ ਜਿਹਾ ਮੁੰਡਾ, ਉਹ ਵੇਖੋ ਜੀ ਇਹਨੇ ਇੱਕ ਸਾਲ ਕੁਰਾਨ ਹਿਫਜ਼ ਕੀਤਾ, ਇਹਨੂੰ ਮੁਬਾਰਕ ਹੋਵੇ, ਇਹਦੀ ਮਾਂ ਨੂੰ ਵੀ ਨੂਰ ਦਾ ਤਾਜ ਮਿਲੇਗਾ, ਇਹਦੇ ਪਿਓ ਨੂੰ ਵੀ ਨੂਰ ਦਾ ਤਾਜ ਮਿਲੇਗਾ, ਅੱਲਾ ਕਰੇ ਪਰ ਦਾਵਤ ਤੇ ਫਿਕਰ ਦੇ ਰਿਹਾ, ਉਮਤੀ ਦਾ ਪੁੱਤਰ ਕੁਰਾਨ ਪੜ ਜਾਏ, ਮਾਂ ਨੂੰ ਵੀ ਨੂਰ ਦਾ ਤਾਜ, ਪਿਓ ਨੂੰ ਵੀ ਨੂਰ ਦਾ ਤਾਜ, ਸੋਚ ਓਏ ਜਿਨ੍ਹਾਂ ਦਾ ਪੁੱਤਰ ਕੁਰਾਨ ਵਾਲਾ ਹੋਵੇਗਾ। ਯਾਰ ਕਾਰੋਬਾਰੀ ਪੜ੍ਹੇ ਲਿਖੇ ਬੰਦੇ ਬੈਠੇ ਹੋ, ਸੱਚੀ ਗੱਲ ਦੀ ਤਾਈਦ ਕਰਿਆ ਜੇ, ਇਹ ਕਿਹੜੀ ਦੀਨ ਦੀ ਖਿਦਮਤ ਹੈ, ਨਬੀ ਦੇ ਮਾਂ ਬਾਪ ਦੇ ਉੱਥੇ ਫਤਵੇ ਲਾ ਦੇਣੇ ਮੁਸਲਮਾਨ ਨੇ, ਇਹ ਕਿਹੜੀ ਦੀਨ ਦੀ ਖਿਦਮਤ ਹੈ ਜੀ? ਅੱਛਾ ਤੁਹਾਡੀ ਮਾਂ ਨੂੰ ਕਾਫਰ ਆਖੇ ਮੁਸਲਮਾਨ ਆਖੇ ਤੁਸੀਂ ਖੁਸ਼ ਹੋਵੋਗੇ, ਨਾਰਾਜ਼ ਹੋਵੋਗੇ ਨਾ, ਜੇ ਹਜ਼ੂਰ ਦੀ ਮਾਂ ਨੂੰ ਆਖੋਗੇ, ਸੋਚੋ ਤਾਂ ਸਹੀ ਯਾਰ, ਮੈਂ ਤੁਹਾਨੂੰ ਫਿਕਰ ਦੇਣਾ ਪਿਆ, ਅੱਲਾ ਨਾ ਕਰੇ ਬਾਪ ਕੋਈ ਐਬ ਹੋਵੇ, ਕੋਈ ਮਾਂ 'ਚ ਕੋਈ, ਮਗਰ ਔਲਾਦ ਨੂੰ ਵਾਰਾ ਨਹੀਂ ਖਾਂਦਾ, ਤੇਰੀ ਐਸੀ ਤੈਸੀ ਤੂੰ ਕੌਣ ਹੈ ਮੇਰੇ ਮਾਂ ਬਾਪ ਨੂੰ ਆਖਣ ਵਾਲਾ, ਸੋਚਿਆ ਕਰ ਕਿਤੇ ਸਰਕਾਰ ਨਾਰਾਜ਼ ਨਾ ਹੋ ਜਾਣਾ, ਇਹ ਨਹੀਂ ਆਈ ਆ ਕਰਨਾ ਚਾਹੀਦਾ, ਕਿ ਹਜ਼ੂਰ ਦੇ ਵਾਲ ਦੇ ਰਹੇ ਸੀ, ਹਜ਼ੂਰ ਦੇ ਕਲਮਾ ਪੜ੍ਹਨੇ,
ਇਹ ਕਿਹੜੀ ਦੀਨ ਦੀ ਖਿਦਮਤ, ਕਦੇ ਕਿਸੇ ਦੇ ਫਤਵਾ ਲਾ ਦੇਣਾ, ਕਦੇ ਕਿਸੇ ਦੇ ਫਤਵਾ ਲੈਣਾ, ਕੋਈ ਉਹ ਕੰਮ ਕਰ ਖੁਦਾ ਵਾਸਤੇ ਜਿਹੜੇ ਤੈਨੂੰ ਰੱਬ ਨੇ ਪੁੱਛਣੇ ਨੇ। ਜੇ ਸਰਕਾਰ ਚਿਹਰਾ ਫੇਰ ਲਿਆ ਤਾਂ ਕਿਸੇ ਨੇ ਨਹੀਂ ਪਛਾਣਾ, ਉੱਥੇ ਤਾਂ ਕੋਈ ਜਮਾਤ ਨਾਲ ਨਹੀਂ ਹੋਣੀ ਸਾਡੇ। ਹੈਂ ਓ ਸਰਕਾਰ ਆਏ ਵੀ ਮੋਮਨਾ ਚ, ਰਹੇ ਵੀ ਮੋਮਨਾ ਚ, ਮੌਜੂਦ ਵੀ ਮੋਮਨਾ ਚ, ਜਿਹੜਾ ਮੱਖੀ ਨਹੀਂ ਬਹਿਣ ਦਿੰਦਾ, ਜਿਹੜਾ ਪਲੀਤ ਨੂੰ ਬੂਹਾ ਨਹੀਂ ਲੰਘਣ ਦਿੰਦਾ, ਉਹਦੇ ਵਕਤ ਦੇ ਨਸੀਬ ਕੀ ਹੋਣਗੇ ਜਿਹਦੇ ਵਤਨ ਚ ਰਸੂਲ। ਆਪਣੀਆਂ ਬਗਾਨੀਆਂ ਕਿਤਾਬਾਂ ਪੰਡਾਂ ਕਿਤਾਬਾਂ ਨੇ, ਮੈਂ ਇੱਕ ਦਾ ਨਾਂ ਲੈ ਸਕਣਾ, ਸੁਣੀਏ ਜਰਾ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਵਲਾਦਤ ਬਾਅਦ ਸਾਦਤ ਹੋਈ ਹੈ, ਵਲਾਦਤ ਬਾਅਦ ਸਾਦਤ ਹੋਈ ਹੈ, ਅਲੈਸ਼ ਤੱਕ ਨਹੀਂ ਪਲੀਤੀ ਦੀ, ਅਲੈਸ਼ ਤੱਕ ਨਹੀਂ। ਲਿਆ ਕੋਈ ਕਿਤਾਬ ਪੜ੍ਹ ਕੇ ਮੁਸਤਰਦ, ਲਿਖ ਕੇ ਦਿਓ ਮੈਨੂੰ ਜੇ ਫਿਰ ਮੈਂ 95 ਸੀ ਨਾ ਲਵਾਂ ਤੇ ਤਾਂ ਕੀ, ਅਲੈਸ਼ ਤੱਕ ਨਹੀਂ ਪਲੀਤੀ ਦੀ, ਅਲੈਸ਼ ਤੱਕ ਨਹੀਂ ਪਲੀਤੀ ਦੀ। ਲਿਆ ਕੋਈ ਕਿਤਾਬ ਕੱਢ ਕੇ ਜਿਹਦੇ ਚ ਇਹ ਲਿਖਿਆ ਹੋਵੇ ਕਿ ਨਬੀ ਪਾਕ ਪੈਦਾ ਹੋਏ ਤੇ ਫਲਾਂ ਬੀਬੀ ਨੇ ਹਜ਼ੂਰ ਨੂੰ ਗੁਸਲ ਦਿੱਤਾ ਸੀ। ਤਕਰੀਰ ਮੈਂ ਕੀਤੀ ਹੈ, ਥੱਕ ਤੁਸੀਂ ਗਏ ਹੋ, ਸਦੀਕੀ ਸਾਹਿਬ ਵੀ ਥੱਕ ਗਏ, ਛੱਡਦੇ ਆ ਆ ਥੱਕੇ ਪਾ ਲਈ, ਤਵੱਜੋ ਹੈ ਮੇਰੇ ਵਾਲੇ। ਤਈਬ ਤਾਹਿਰ ਪਾਕ, ਅੱਛਾ ਬੱਚਾ ਪੈਦਾ ਹੁੰਦਾ ਨਾ ਨਾੜੂ ਕੱਟੀ ਦਾ ਤੁੰਨੀ ਆਉਂਦੇ ਹੋ, ਜਾ ਲਿਆ ਕੇ ਹਜ਼ੂਰ ਦੀ ਤੁੰਨੀ ਆ, ਉਹ ਨਾੜੂ ਐਸੀ ਕੀ ਬਿਆਨ ਕਰਾਂ ਮੈਂ, ਇਹ ਨਕਾਰੀ ਹੋ ਜੇ, ਕੰਮ ਨਾ ਦੇਵੇ, ਖੁਰਾਕ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਡਾਕਟਰਾਂ ਨੂੰ ਮੈਂ ਪੁੱਛਿਆ ਹੁੰਦਾ ਨਾ ਜੀ, ਉਹਦੀ ਮਾਂ ਨੂੰ ਆਪਰੇਸ਼ਨ ਉਸ ਵੇਲੇ ਹੋਣੀ, ਤਾਂ ਮਾਂ ਦੀ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ, ਬੱਚਾ ਜ਼ਿੰਦਾ ਪੈਦਾ ਹੋ ਹੀ ਨਹੀਂ ਸਕਦਾ, ਸਰਕਾਰ ਦਾ ਨਾੜੂ ਤਾਂ ਹੈ ਹੀ ਕੋਈ ਨਹੀਂ, ਹੈ ਹੀ ਤੂੰ ਹੈ ਨੀ ਨੂਰ। ਬੱਚਾ ਪੈਦਾ ਹੁੰਦਾ, ਉਹਨੂੰ ਗੁਸਲ ਦੇ ਕੇ, ਨਾੜੂ ਕੱਟ ਕੇ, ਕੰਘੀ ਕਰਕੇ, ਜੇ ਸੁਰਮਾ ਸੁਰਮਾ ਲਾ ਕੇ ਮੁਬਾਰਕ ਹੈ, ਅੱਲਾ ਦੀ ਕਸਮ ਤੇਰੇ ਤੇ ਮਜ਼ਾਕਾ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤਈਬ ਤਾਹਿਰ ਪਾਕ, ਕੰਘੀ ਵੀ ਫਰੀ ਹੋਈ ਹੈ, ਸੁਰਮਾ ਵੀ ਪਿਆ ਹੋਇਆ ਹੈ, ਅੱਖਾਂ ਵਿੱਚ ਕੁਦਰਤੀ ਸੁਰਮੇ ਦਿੱਤਾ ਵਿੱਚ ਕੁਦਰਤੀ ਸੁਰ ਮੇ ਤਾਰੀ ਤੇ ਕਤਲ ਕਰਦੀ ਦਿਲਾਂ ਨੂੰ ਜੀ ਇਵੇਂ ਕਟਾ ਉਹਦੇ ਦੰਦ ਜਿਵੇਂ ਚੰਬੇ ਦੀਆਂ ਕਲੀਆਂ ਉਹਦੇ ਰਾਂ ਵਿੱਚ ਕਲੀਆਂ ਜੇ ਜ਼ੁਲੈਖਾ ਉਹਨੂੰ ਵੇਖ ਲੈਂਦੀ ਨਾ ਪਿੱਛੇ ਹਜ਼ਰਤ ਯੂਸਫ ਦੇ ਪੈਂਦੀ ਜ਼ਿਕਰ ਤੋਂ ਸਦਕੇ ਤਸਕੀਰ ਮਿਲ ਜਾਂਦੀ। ਅੱਛਾ ਫਿਰ ਸੁਣੋ, ਸਰਕਾਰ ਜੀ ਦੀ ਵਲਾਦਤ ਹੋਈ ਹੈ ਨਾ, ਕਿਤਾਬਾਂ ਪੜ੍ਹੋ ਆਪਣੀਆਂ ਮੰਗਾਣੀਆਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਆਪਣਾ ਮਸਲਕ ਬਿਆਨ ਕਰ ਰਿਹਾ, ਅਕੀਦਤ ਬਿਆਨ ਕਰ ਰਿਹਾ, ਕਿਸੇ ਨੂੰ ਮਨਾਉਣ ਵਾਸਤੇ ਨਹੀਂ, ਨਾ ਕੋਈ ਮੰਨੇ ਮੈਨੂੰ ਕੋਈ ਖਿਲਾਫ ਹੈ, ਗਾਲਾਂ ਮੈਂ ਕਦੇ ਕੱਢੀਆਂ ਨਹੀਂ, ਸਰਕਾਰ ਦਾ ਜ਼ਿਕਰ ਕਰਨਾ ਇਹ ਬਾਤ ਸਮਝਦਾ ਹੈ ਜੀ। ਸਰਕਾਰ ਨੇ ਤਿੰਨ ਕੰਮ ਕੀਤੇ ਨੇ ਆਪਣੀਆਂ ਮੰਗਾਣੀਆਂ ਕਿਤਾਬਾਂ ਨੂੰ ਦਿਖਾ ਸਕਣਾ,
ਹਜ਼ੂਰ ਦੀ ਵਲਾਦਤ ਹੋਈ ਹੈ ਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਰੱਬ ਦੀ ਹਮਦ ਬਿਆਨ ਕੀਤੀ। ਦੂਸਰਾ ਕੰਮ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਸਜਦਾ ਕੀਤਾ ਤੇ ਤੀਸਰਾ ਕੰਮ ਕੀ ਹੈ ਉਮਤ ਵਾਸਤੇ। ਮੈਨੂੰ ਜੇ ਕੁਰਾਨ ਚੋਂ ਐਤ ਹੀ ਕੋਈ ਨਹੀਂ ਲੱਭੀ, ਮੈਂ ਕਿਹਾ ਨਾ ਰਿਕਾਰਡ ਹੋ ਰਹੀ ਹੈ ਕਿ ਵਈ ਆਇਤ ਨਬੀ ਬਣ ਜਾਂਦਾ, ਵਈ ਆਇਤ ਨਬੀ ਬਣ ਗਿਆ, ਵਈ ਆਇਤ ਨਬੀ ਬਣ ਗਿਆ। ਇਹ ਕਿਹੜੀ ਆਇਤ ਹੈ ਤਰਜਮਾ? ਵਈ ਆਇਤ ਨਬੀ ਬਣ ਗਿਆ, ਵਈ ਆਇਤ ਨਬੀ ਬਣ ਜਾਂਦਾ। ਇਹ ਕਿਹੜੀ ਆਇਤ ਹੈ ਤਰਜਮਾ? ਵਈ ਤੇ ਮਰੀਮ ਅਲੈਹਿਸਸਲਾਮ ਦੀ ਵੀ ਆਈ ਹੈ, ਉਹ ਨਹੀਂ ਨਬੀ, ਸ਼ਾਇਦ ਹੀ ਮੱਖੀ, ਉਹ ਤੇ ਨਹੀਂ ਨਬੀ। ਨਬੀਆਂ ਤੇ ਵਈ ਆਉਂਦੀ ਹੈ, ਵਈ ਦਾ ਆਉਣਾ ਨਬੂਵਤ ਦੀ ਦਲੀਲ ਨਹੀਂ। ਨਬੀ ਆਲਮੇ ਰਵਾਜ਼ ਚ ਵੀ ਨਬੀ ਹੁੰਦਾ ਹੈ, ਨਬੀ ਮਾਂ ਦੇ ਬਤਨ ਚ ਵੀ ਨਬੀ ਹੁੰਦਾ ਹੈ। ਇਹ ਉਹਦੀ ਮਰਜ਼ੀ ਹੈ, ਭਾਵੇਂ ਪੰਘੂੜੇ ਚੋਂ ਐਲਾਨ ਕਰਵਾਏ ਤੇ ਭਾਵੇਂ 40 ਸਾਲਾਂ ਤੋਂ ਬਾਅਦ ਐਲਾਨ ਕਰਵਾਏ। ਕੋਈ ਬੱਚਾ ਐਸਾ ਹੈ ਜਿਹੜਾ ਪੈਦਾ ਹੁੰਦੇ ਆ ਸਾਰ ਮਿੰਟ ਬਾਅਦ ਗੱਲਾਂ ਕਰੇ, ਸਜਦੇ ਕਰੇ? ਅੱਲਾ ਦੀ ਅਮਲ ਬਿਆਨ ਕੀਤੀ, ਨੰਬਰ ਦੋ ਸਜਦਾ ਕੀਤਾ, ਨੰਬਰ ਤਿੰਨ ਆਲਾ ਦੇ ਦੀ ਅਮਲ ਵਰਗੇ ਮੁਜੱਦੇ ਦੇ ਦੀ ਨੂੰ ਮਿਲਦ ਇਮਾਮ ਮੌਲਾਨਾ ਸ਼ਾਮ ਦਰਜ਼ਾ ਤਾਜਦਾਰ ਬਰੇਲੀ ਰਹਿਮਤੁਲਾਹ ਅਲੈ ਆ ਫਰਮਾਉਂਦੇ ਨੇ, ਪਹਿਲੇ ਸਜਦੇ ਛੋਟੀ ਜਿਹੀ ਗੱਲ ਹੋਰ ਸੁਣ ਲਓ, ਮੈਂ ਬਰਾਸਤੀ ਗੱਲ ਆ। ਨਬੀ ਉਹ ਹਜ਼ੂਰ ਦੀ ਤਾਰਤ ਪੁੱਛਣਾ, ਓਏ ਨਬੀ ਤੇ ਕਿਤੇ ਪਲੀਤ ਦਾਈ ਦਾ ਦੁੱਧ ਵੀ ਨਹੀਂ ਪੀਂਦਾ। ਮੂਸਾ ਅਲੈਹਿਸ ਸਲਾਮ ਤੇ ਕਿੰਨੀਆਂ ਗਈਆਂ, ਨਬੀ ਅਲ ਮੁਖਬਰ, ਨਬੀ ਅਲ ਮੁਖਬਿਰ। ਇਹ ਆਮ ਮੌਲੀ ਸਾਹਿਬ ਦਾ ਮੇਰਾ ਤੁਹਾਡਾ ਬੱਚਾ ਨਹੀਂ, ਗਾਂ ਦਾ ਦਿਓ, ਮੱਝ ਦਾ ਦਿਓ, ਊਂਟਣੀ ਦਾ ਦਿਓ, ਮਿਲਕ ਕੈਕ ਦਿਓ, ਨਬੀ ਅਲ ਮੁਖਬਰ, ਨਬੀ ਅਲ। ਅਤੇ ਜੇ ਕਲੀਮੁੱਲਾ ਦਾ ਇਹ ਮਕਾਮ ਹੈ ਤਾਂ ਜਿਹੜਾ ਕਲੀਮੁੱਲਾ ਦਾ ਵੀ ਰਸੂਲ ਹੈ। ਵਰਫਾਬਾਦ ਅੰਦਰ ਜਾ ਮੁਖਤਸਰ ਏ ਵੇ, 8 ਜਾਂ 9 ਦਾਈਆਂ ਆਈਆਂ, ਸਰਕਾਰ ਨੇ ਅੱਖ ਹੀ ਨਹੀਂ ਖੋਲ੍ਹੀ, ਸਰਕਾਰ ਨੇ ਤਵੱਜੋ ਹੀ ਨਹੀਂ ਕੀਤੀ। ਜਿਹੜਾ ਮੱਖੀ ਨਹੀਂ ਬਹਿਣ ਦਿੰਦਾ ਕਿਸੇ ਬੀਬੀ ਬੰਦੇ ਪਲੀਤ ਨੂੰ ਨੇੜੇ ਆਉਣ ਦਿੰਦਾ, ਮੱਖੀ ਤੇ ਹਜ਼ੂਰ ਦੇ ਕੱਪੜੇ ਤੋਂ ਵੀ ਨਹੀਂ ਬੈਠੀ, ਤੁਸੀਂ ਸਮਝੀ ਗੱਲ ਕਰਨਾ, ਕੱਪੜੇ ਤੋਂ ਵੀ ਨਹੀਂ ਬੈਠੀ। ਸਰਕਾਰ ਨੇ ਅੱਖ ਹੀ ਨਹੀਂ ਖੋਲ੍ਹੀ, ਤਵੱਜੋ ਨਹੀਂ ਕੀਤੀ। ਆਹ ਚਲੋ ਛੱਡੋ, ਕੀ ਕਰਨੀ ਹੈ ਐਵੇਂ ਦੇਖੋ। ਅਤੇ ਜਦੋਂ ਆਈਏ ਮੋਮਨਾ, ਜਦੋਂ ਆਈਏ ਫਰਮਾਉਂਦੀਆਂ ਨੇ ਮੈਂ ਹੌਲੀ ਹੌਲੀ ਸੈਯਦਾ ਤੈਯਬਾ ਤਾਹਿਰਾ ਸੈਯਦਾ ਯਾਮਿਨਾ ਪਾਕ ਕੋ ਜਾਤ ਲਈ ਰੱਖੇ ਉਸ ਕਮਰੇ 'ਚ, ਅਸਾਂ ਵੀ ਗਾਉਂ ਭੇਜਣਾ। ਫਰਮਾਉਂਦੀਆਂ ਨੇ ਮੈਂ ਇਜਾਜ਼ਤ ਲੈ ਕੇ ਮੈਂ ਦਰਵਾਜ਼ਾ ਖੋਲ੍ਹਿਆ, ਸਫੈਦ ਰੰਗ ਦਾ 19 ਕੰਬਲ ਥੱਲੇ ਤਾਰੀਦਾਰ ਉੱਤੇ ਮੈਂ ਹੌਲੀ ਹੌਲੀ ਹਜ਼ੂਰ ਦੇ ਕਰੀਬ ਗਈ। ਪਹਿਲੀਆਂ ਗਈਆਂ ਨੇ, ਹਜ਼ੂਰ ਨੇ ਅੱਖ ਨਹੀਂ ਖੋਲ੍ਹੀ, ਹਲੀਮਾ ਪਾਕ ਫਰਮਾਉਂਦੀਆਂ ਨੇ ਮੈਂ ਕੱਪੜਾ ਚੁੱਕਿਆ, ਹਜ਼ੂਰ ਨੇ ਮਾਲ ਰੱਖ ਦੇ ਡੋਰੀਆਂ ਵਾਲੀ ਅੱਖ ਖੋਲ੍ਹੀ ਕਿ ਆਪਨੇ ਮੇਰੇ ਤੇ ਨਜ਼ਰੇ ਕਰਮ ਕੀਤੀ, ਮੇਰੇ ਤਵੱਜੋ ਕੀਤੀ, ਮੈਂ ਹਜ਼ੂਰ ਦੀ ਜ਼ਿਆਰਤ ਕੀਤੀ। ਆ ਫਰਮਾਉਂਦੀਆਂ ਨੇ ਜਦੋਂ ਮੈਂ ਹਜ਼ੂਰ ਦੀ ਜ਼ਿਆਰਤ ਕੀਤੀ, ਹਜ਼ੂਰ ਨੇ ਮੇਰੇ ਵੱਲ ਵੇਖ ਕੇ ਮੁਸਕਰਾਇਆ, ਮੈਨੂੰ ਹਰ ਪਾਸੇ ਨੂਰ ਹੀ ਨੂਰ ਪਿਆ ਨਜ਼ਰ ਆਉਂਦਾ ਸੀ। ਨਾਲੇ ਚੁੰਮਣੀਆਂ ਨਾਲੇ ਗੁੱਡ ਗੁੱਡ ਕੇ ਸੀਨੇ ਲਾਨੀਆਂ, ਜਵਾਨੀ ਆ ਗਈ, ਬੜੇ ਪਾ ਖਤਮ, ਕਮਜ਼ੋਰੀ ਖਤਮ, ਦੁੱਖ ਅੰਦਰ ਬਰਕਤ ਜੀ ਸਮੁੰਦਰ ਬਰਕਤ। ਨਾਲੇ ਚੁੰਮਣੀਆਂ ਨਾਲੇ ਗੁੱਡ ਗੁੱਡ ਕੇ ਸੀਨੇ ਨਾ ਲਾਨੀਆਂ, ਨਾਲੇ ਕਹਿਣੀਆਂ ਵੇ ਤੂੰ ਏ ਮੇਰਾ ਚੈਨ ਤੇ ਕਰਾਰ ਸੋਹਣਿਆ, ਤੂੰ ਏ ਮੇਰਾ ਚੈਨ ਤੇ ਕਰਾਰ ਸੋਹਣਿਆ, ਤੇਰੇ ਨਾਲ ਵਸਦੀ ਬਹਾਰ ਸ
ਸੋਹਣਿਆ ਤੂੰ ਇਸ ਮੇਰਾ ਚੈਨ ਤੇ ਕਰਾਰ ਸੋਹਣਿਆ ਤੇਰੇ ਨਾਲ ਵਸਦੀ ਮੇਰੇ ਬਜ਼ੁਰਗੋ ਦੋਸਤੋ ਅਜ਼ੀਜ਼ੋ ਬੇਲੀਓ ਇਹ ਮਜ਼ੂਰ ਨੇ ਗੱਲਾਂ ਉਹ ਨੇ ਜ਼ਿੰਦਗੀ ਮੁੱਕ ਸਕਦੀ ਹੈ ਸਾਰੇ ਵੀ ਰਲ ਕੇ ਲੱਗੇ ਰਹੀਏ ਨਾ ਤੇ ਬਿਆਨ ਕਰਨ ਦਾ ਹਜ਼ੂਰ ਦੀ ਸ਼ਾਨ ਬਿਆਨ ਕਰਨ ਦਾ ਹੱਕ ਅਦਾ ਨਹੀਂ ਹੋ ਸਕਦਾ ਅੱਲਾ ਪਾਕ ਤੁਹਾਡਾ ਇਹਤਮਾਮ ਕਬੂਲ ਫਰਮਾਏ ਸਭ ਦੀ ਹਾਜ਼ਰੀ ਕਬੂਲ ਫਰਮਾਏ ਲਾ ਇਲਮੀ ਅੰਦਰ ਜੇ ਕੋਈ ਕੋਈ ਗਲਤੀ ਹੋਈ ਅੱਲਾ ਮਾਫ਼ ਫਰਮਾਏ ਅੱਲਾ ਪਾਕ ਅਮਲ ਦੀ ਤੋਫੀਕ ਤਾਂ ਫਰਮਾਏ ਦੁਨੀਆਂ ਤੇ ਰਹੀਏ ਤੇ ਹਜ਼ੂਰ ਦੀ ਗੁਲਾਮੀ 'ਚ ਜਾਈਏ ਤੇ ਹਜ਼ੂਰ ਦੀ ਗੁਲਾਮੀ 'ਚ ਸ਼ਾਨ ਵਾਲੀ ਜ਼ਿੰਦਗੀ ਦੇਵੇ ਤੇ ਬਾ ਇਮਾਨ ਮੌਤ ਦੇਵੇ ਵਮਾ ਲੈ ਨਾ ਇਹ